ਪਿੰਦੇ ਓਜਲੇ ਨਾਲ ਜਦੋਂ ਦਾ ਹੋ ਗਿਆ ਧੋਖਾ ਏ। ਉਹ ਪਹਿਲਾ ਗਾਣਾ ਗਿੱਪੀ ਭਾਈ ਦਾ ਬਣਾਇਆ ਸੀ, ਜਦੋਂ ਕਿਸੇ ਗੱਭਰੂ ਤੇ ਦਿਲ ਆ ਗਿਆ ਆਪੇ ਪਤਾ ਲੱਗ ਜੂ ਕਿ ਹੁੰਦਾ ਪਿਆਰ ਨੀ। ਉਸੇ ਐਲਬਮ 'ਚ ਗਾਣਾ ਸੀਗਾ ਵਿੱਚ ਪਿੜਾਂ ਦੇ ਪਹਿਣ ਪਟਾਕੇ ਬਾਰਾਂ ਬੋਲਾਂ ਦੇ। ਫਿਰ ਮੈਂ ਦੂਸਰੀ ਐਲਬਮ ਕੀਤੀ ਅਧੀਏ ਦਾ ਨਸ਼ਾ ਚੜ ਗਿਆ, ਦਰਸ਼ਨ ਤੇਰੇ ਕਰਕੇ ਨੀ, ਸੁਪਰ ਹਿੱਟ ਹੈ ਨਾ। ਉਹ ਤੋਂ ਬਾਅਦ ਤੀਜੀ ਕੀਤੀ ਸੁਪਰ ਹਿੱਟ ਗਿੱਪੀ ਭਾਈ ਦੀ ਫਿਲਮ ਜਿੰਨੇ ਮੇਰਾ ਦਿਲ ਉੱਚਾ ਉੱਚ ਗਾਣੇ ਕੀਤੇ, ਗੋਰਿਆਂ ਪੈਰਾਂ ਦੇ ਚਾਂਦੇ ਦੀਆਂ ਝਾਂਜਰਾਂ ਸੁਪਰ ਹਿੱਟ ਹੈ। ਕਿ ਦਲਜੀਤ ਭਾਈ ਦਾ ਹੋਰ ਗਾਣਾ ਬਣਾਇਆ ਸੀ ਬਹੁਤ ਪੁਰਾਣਾ, ਜੱਟ ਬੁੱਕ ਦਾ ਫਿਰੇ ਪੀ ਕੇ ਲਾਲ ਰੰਗ ਦੀ, ਬਹੁਤ ਪੁਰਾਣੇ ਓਲਡ ਸਕੂਲ ਗਾਣੇ ਨੇ। ਅਤੇ ਉਦੋਂ ਐਮੀ ਦਾ ਮਿਊਜ਼ਿਕ ਜਿਹੜਾ ਭਾਅ ਜੀ ਕਹਿੰਦੇ ਵੀ ਬਿੰਦੇ ਦਾ ਮਿਊਜ਼ਿਕ ਆ, ਐਮੀ ਨਾਲ ਮੇਰੀ ਦੋਸਤੀ ਪੈ ਗਈ। ਉਹ ਘਰ ਆਉਣਾ, ਐਮੀ ਇਸ ਦਿਲ ਦਾ ਬਹੁਤ ਚੰਗਾ ਇਨਸਾਨ ਆ, ਕਈ ਵਾਰੀ ਜਿੱਦਾਂ ਲੱਗਦਾ ਉਹਨੂੰ ਕਈ ਵਾਰੀ ਤਾਂ ਬੋਲਦਾ ਹੈ ਪਰ ਉੱਦਾਂ ਦਾ ਹੈ ਨਹੀਂ ਉਹ। ਅਤੇ ਉਹਨਾਂ ਦੋਸਤੀ ਪੈ ਗਈ ਅਤੇ ਅਸੀਂ ਮਿਹਨਤ ਕਰਕੇ ਉਹ ਐਲਬਮ ਬਣਾਈ। ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਅੱਤ ਨੇ ਵੀ ਅੱਤ ਨੇ, ਉਹ ਗਾਣਾ ਸੁਪਰ ਹਿੱਟ ਹੋ ਗਿਆ। ਸਾਡੀ ਦੋਸਤੀ ਪੈ ਗਈ ਅਤੇ ਫਿਰ ਜਲੰਧਰ ਛੱਡ ਕੇ ਚੰਡੀਗੜ੍ਹ ਮੈਂ ਆ ਗਿਆ ਕੋਈ ਰੀਜ਼ਨ ਕਰਕੇ। ਐਂਡ ਐਮੀ ਨੇ ਲੱਭ ਕੇ ਦਿੱਤਾ ਮੈਨੂੰ 80 ਸੈਕਟਰ ਵਿੱਚ ਫਲੈਟ ਇੱਥੇ। ਅਤੇ ਐਮੀ ਕਹਿੰਦਾ ਕਿ ਭਾਅ ਜੀ ਉਹ ਤਾਂ ਗਾਣਾ ਚੱਲ ਗਿਆ, ਪਰ ਐਮੀ ਬਹੁਤ ਹਾਰਡ ਵਰਕਿੰਗ ਸੀ। ਸੇਮ ਟਾਈਮ 'ਤੇ ਹੀ ਬਾਬਾ ਐਂਟਰ ਕੀਤਾ, ਰਣਜੀਤ ਬਾਬਾ, ਉਹਦਾ ਪਹਿਲਾ ਗਾਣਾ ਹੋਸਟਲ ਮੈਂ ਬਣਾਇਆ। ਉਹ ਤੋਂ ਬਾਅਦ ਚਲੋ ਉਹ ਉਨਾ ਨਹੀਂ ਚੱਲਿਆ, ਲੇਕਿਨ ਸਾਡੀ ਵਾਰੀ ਆਉਣ ਦੇ ਹੈ ਨਾ, ਚਿੱਤ ਕਰਦਾ ਸਕੋਡਾ ਲੈ ਲਵਾਂ, ਉਹ ਚੱਲ ਗਿਆ। ਉਹ ਮਤਲਬ ਕਿ ਸਟਾਰਟਿੰਗ ਵਾਲੀ ਜੋਬ ਰੱਬ ਨੇ ਮੈਨੂੰ ਬਖਸ਼ੀ। ਹਰਜੋਤ ਆ ਗਿਆ, ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ ਤੈਨੂੰ ਪੱਟ ਗਏ ਲੰਡਨ ਦੇ ਲਾਰੇ, ਦੋ ਐਲਬਮ ਯਾਰ ਰਹਿ ਗਿਆ ਮੋੜ ਦਾ ਨੱਕੇ। ਫਿਰ ਸਰਦਾਰੀ ਕਮਲ ਗਰੇਵਾਲ, ਇੱਕ ਤੇਰੀ ਦੀਵਾਨਗੀ ਮੈਨੂੰ ਦੂਜਾ ਸ਼ੌਕ ਸਰਦਾਰੀ। ਪਿੰਦੇ ਦੀ ਜ਼ਿੰਦਗੀ 'ਚ ਜੇ ਉਹ ਸਮਾਂ ਕੰਟੀਨਿਊ ਨਹੀਂ ਰਹਿ ਪਾਇਆ, ਉਹਦਾ ਮਤਲਬ ਧੋਖਾ ਸੀਗਾ। ਮਤਲਬ ਧੋਖਾ ਕਹਿ ਸਕਦੇ ਹਾਂ, ਜਾਂ ਤੁਹਾਡੀ ਜ਼ਿੰਦਗੀ ਵਿੱਚੋਂ ਜਦੋਂ ਪਿਆਰ ਖਤਮ ਹੋ ਜਾਏ ਨਾ, ਕਿਸੇ ਦੀ ਜ਼ਿੰਦਗੀ 'ਚੋਂ ਜਦੋਂ ਕਿਸੇ ਦਾ ਪਿਆਰ ਖਤਮ ਹੋ ਜਾਏ, ਉਹਦੇ ਸਾਰੇ ਐਫਰਟ, ਉਹ ਇਨਸਾਨ ਲੱਕ ਚੀਕਦਾ ਰਹੇ, ਆਪਣਾ ਗਲਾ ਬਿਠਾ ਲਏ ਕਿ ਮੈਂ ਬਹੁਤ ਇਹਨੂੰ ਕਰਦਾ, ਜਦੋਂ ਇਨਸਾਨ ਨੇ ਡਿਸਾਈਡ ਕਰ ਲਿਆ ਕਿ ਨੋ ਹੁਣ ਮੇਰੇ ਵਾਸਤੇ ਹੈ ਨਹੀਂ, ਉਹਦੇ ਲਈ ਜ਼ੀਰੋ ਹੋ ਜਾਂਦਾ। ਕੁੜੀ ਵੱਲੋਂ ਜਦੋਂ ਇਨਸਾਨ ਨੂੰ ਧੋਖਾ ਮਿਲਿਆ, ਪਿਆਰ ਜਦੋਂ ਨਹੀਂ ਥੋੜ੍ਹਾ ਕੰਮ ਚੜ੍ਹਦਾ, ਉਸ ਤੋਂ ਬਾਅਦ ਵੀ ਪੁੱਠੇ ਕੰਮਾਂ 'ਚ ਪੈ ਜਾਂਦਾ, ਬੰਦਾ ਨਸ਼ੇ ਕਰਨ ਲੱਗ ਜਾਂਦਾ, ਬੰਦਾ ਕੋਈ ਹੋਰ ਕੰਮ ਕਰਨ ਲੱਗ ਜਾਂਦਾ, ਬੰਦਾ ਕਹਿੰਦਾ ਕਿ ਬਈ ਨਹੀਂ ਮੈਂ ਆਪਣਾ ਕੰਮ ਨਹੀਂ ਕਰਨਾ, ਬਸ ਹੁਣ ਮੈਂ ਪੁੱਠੇ ਕੰਮ ਹੀ ਕਰਨੇ ਆ। ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ। ਇੰਨੇ ਗਾਣੇ ਹਿੱਟ ਦੇਣ ਤੋਂ ਬਾਅਦ ਕਿਹੜੀ ਚੀਜ਼ ਰਹਿ ਗਈ ਪਿੰਦੇ ਦੀ ਜ਼ਿੰਦਗੀ 'ਚ ਜਿਹਨੇ ਉਹਨੂੰ ਪਿੱਛੇ ਕਰਤਾ? ਮੈਂ ਦੇਖਣਾ ਯਾਰ, ਮਾਤਾ ਵਿਚਾਰੀ ਰੋ ਰਹੀ ਆ ਯਾਰ, ਹੈ ਨਾ, ਵੀ ਨਿਕਲ ਨਹੀਂ ਸੀ ਹੋ ਰਿਹਾ, ਨਿਕਲ ਹੀ ਨਹੀਂ ਸੀ ਹੋ ਰਿਹਾ, ਹੈ ਨਾ। ਫਿਰ ਜੋ ਮੈਂ ਡਿਸਾਈਡ ਕੀਤਾ ਕਿ ਯਾਰ ਦਾਰੂ ਤਾਂ ਕੰਮ ਹੀ ਨਹੀਂ ਕਰ ਰਹੀ, ਮੈਂ ਬਾਹਰ ਹੀ ਨਹੀਂ ਆ ਰਿਹਾ। ਜੇ ਕਿਤੇ ਔਖੇ ਵੇਲੇ ਜਿੰਨਿਆਂ ਨੂੰ ਤੁਸੀਂ ਸਪੋਰਟ ਕੀਤੀ ਆ, ਜਿਹਨੇ ਤੁਸੀਂ ਮਦਦ ਕੀਤੀ ਆ, ਉਹਨਾਂ ਵਿੱਚੋਂ ਕੋਈ ਇੱਕ ਤੁਹਾਡੀ ਬਾਂਹ ਫੜਦਾ ਤਾਂ ਪਿਆਰ ਪਿਓਰ ਤਾਂ ਕੀ ਆ ਯਾਰ? ਅਗਲਾ ਕਹਿੰਦਾ ਭਿੰਦੇ ਛੱਡਿਆ, ਕਿਹੜੇ ਕੰਮਾਂ 'ਚ ਪਿਆ ਤੂੰ, ਇੱਥੇ ਮੈਂ ਤੇਰੇ ਨਾਲ ਖੜਿਆ, ਨਾਲ ਖੜਿਆ, ਕੰਮ 'ਚ ਬਿਜ਼ੀ ਕਰ ਦੇਵੇ। ਸਾਡਾ ਸਮਾਜ ਜਿਹੜਾ ਆ ਕਿਸੇ ਨੂੰ ਕਿਓਰ ਕਰਨ ਦੀ ਟਰਾਈ ਨਹੀਂ ਕਰਦਾ, ਉਹਨੂੰ ਮਿਹਣੇ ਤਾਨੇ ਇੰਨੇ ਕੁ ਮਾਰ ਦਿੰਦੇ ਨੇ ਕਿ ਉਹ ਬੰਦਾ ਅੰਦਰ ਘੁੱਟ ਜਾਂਦਾ, ਅੰਦਰ ਹੀ ਅੰਦਰ ਉਹ ਘੁੱਟਣਾ ਸ਼ੁਰੂ ਹੋ ਜਾਂਦਾ। ਅੱਜ ਬਾਈ ਪਾਉਂਦੇ ਹੋ ਕਿਸੇ ਨੂੰ, ਕਹਿੰਦੇ ਹੋ ਵੀ ਕਿਸੇ ਨੂੰ ਫੋਨ ਕਰਕੇ ਕਿ ਬਈ ਮੈਂ ਗਾਣਾ ਕਰਨਾ ਵੀ ਤੁਹਾਡੇ ਨਾਲ, ਕੋਈ ਕਿਸੇ ਵੱਡੇ ਆਰਟਿਸਟ ਨੂੰ ਵੀ ਬਈ ਕਰੋ ਯਾਰ ਗਾਣਾ, ਕੋਈ ਅੱਜ ਦੇ ਟਾਈਮ 'ਚ ਬਾਂਹ ਫੜਦਾ? ਮੈਨੂੰ ਪਤਾ ਨਹੀਂ ਕਰਨਾ ਉਹਨਾਂ ਨੇ। ਲੋਕਾਂ ਨੂੰ ਬਹੁਤ ਇਨਸਿਕਿਉਰਿਟੀ ਆ ਕਿ ਅਗਰ ਇਸ ਬੰਦੇ ਦਾ ਮੈਂ ਸਾਥ ਦਊਂਗਾ ਤਾਂ ਯਾਰ ਮੇਰਾ ਕੁਛ ਬੁਰਾ ਨਾ ਹੋ ਜਾਵੇ, ਮੇਰੇ ਫੇਮ ਨਹੀਂ। ਜਿਹਦੇ ਨਾਲ ਤੁਸੀਂ ਇੱਕ ਕੋਲੀ 'ਚ ਖਾਧਾ ਸਾਲਾਂ ਦੇ ਸਾਲ ਸਪੈਂਡ ਕੀਤੇ ਨੇ, ਜਿਨ੍ਹਾਂ ਦੇ ਮਿਊਜ਼ਿਕ ਜਾਂ ਕਿਸੇ ਗਾਣਿਆਂ ਤੋਂ ਮਤਲਬ ਕਿ ਕਰੀਅਰ ਹੀ ਖੜ੍ਹੇ ਹੋ ਗਏ ਆ, ਇਟਸ ਅ ਬਿਗ ਡੀਲ ਵਨ ਫੋਨ ਕਾਲ। ਵਕਤ ਜਿੱਦਾਂ ਦਾ ਮਰਜ਼ੀ ਹੋਵੇ, ਉੱਤੇ ਨੀਚੇ
ਪੜਾਵ ਮੁਸ਼ਕਿਲਾਂ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੀਆਂ ਨੇ, ਪਰ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਜਿਹੜਾ ਬਾਈ ਮੇਰੇ ਕੋਲ ਅੱਜ ਬੈਠਿਆ ਨਾ, ਇਹਦੇ ਗਾਣੇ, ਇਹਦਾ ਮਿਊਜ਼ਿਕ, ਇਹਦਾ ਨੇਚਰ, ਇਹਦੀ ਬੋਲੀ, ਇਹਦੀ ਪਛਾਣ ਦੱਸਣ ਦੀ ਲੋੜ ਨਹੀਂ ਆ, ਬਟ ਇਹ ਮੇਰਾ ਦਿਲ ਕੀਤਾ ਕਿ ਅੱਜ ਇਹ ਸਾਹਮਣੇ ਬੈਠਿਆ ਤਾਂ ਮੈਂ ਇੱਦਾਂ ਦੀ ਕਾਮਯਾਬੀ ਦੀ ਜਾਂ ਸਕਸੈਸ ਦੀ ਗੱਲ ਕਰਾਂ। ਬਿਕੋਜ਼ ਗ੍ਰਾਫ ਉੱਤੇ ਨੀਚੇ ਹੁੰਦਾ ਜਾਂਦਾ, ਪਰ ਚਾਹੁਣ ਵਾਲੇ ਬਾਈ ਦੇ ਅੱਜ ਵੀ ਉਵੇਂ ਦੇ ਉਵੇਂ ਹੀ ਆ। ਐਕਸੈਂਟ ਲੈ ਕੇ ਬਣਾਉਣਾ ਪਿੰਦਾ ਉਹ ਜਿਹੜਾ। ਸਤਿ ਸ਼੍ਰੀ ਅਕਾਲ ਬਾਈ, ਕਿੱਦਾਂ? ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਵਧੀਆ ਵੀਰੇ, ਚੜ੍ਹਦੀ ਗੱਲ। ਗ੍ਰੇਟ, ਖੁਸ਼ੀ ਹੋ ਰਹੀ ਹੈ ਤੁਹਾਨੂੰ ਇੱਥੇ ਦੇਖ ਕੇ। ਥੈਂਕ ਯੂ ਮੇਰਾ ਵੀਰ, ਥੈਂਕ ਯੂ ਸੋ ਮਚ। ਮੈਨੂੰ ਮੈਂ ਨਾ ਤੁਹਾਡਾ ਜਦੋਂ ਪਤਾ ਲੱਗਿਆ ਵੀ ਤੁਹਾਡੇ ਨਾਲ ਅੱਜ ਗੱਲਬਾਤ ਹੋਊਗੀ, ਮੈਂ ਕਿਹਾ ਯਾਰ ਵੀ ਇਹ ਉਹੀ ਹੈ ਨਾ ਵੀ ਜਿਹਦੀ ਬੀਟਾਂ ਤੇ ਹੈ ਨਾ ਲੋਕ ਇੰਜੋਏ ਕਰਦੇ ਆਏ ਆ, ਹੈ ਨਾ ਵੀ ਸੁਣਦੇ ਆਏ ਆ, ਪਿੰਦਾ ਉਹ ਜਿਹੜਾ ਨਾਂ ਨੂੰ ਸੁਣਦੇ ਆ ਸਪੈਸ਼ਲੀ। ਹਾਂਜੀ, ਇਹ ਸਮਾਂ ਯਾਦ ਆਉਂਦਾ ਪਿੰਦੇ ਬਈ ਯਾਰ ਹੁੰਦਾ, ਜਿੱਦਾਂ ਹੁਣ ਤੁਸੀਂ ਉਹ ਨਾਮ ਲਿਆ ਨਾ ਸਡਨਲੀ ਇੰਨੇ ਸਾਲਾਂ ਬਾਅਦ ਜਿੱਦਾਂ ਕਹਿਣ ਗਿਆ ਪਿੰਦਾ ਉਹ ਜ਼ਲਾ। ਓਬਵੀਅਸ ਆ ਵੀਰੇ, ਜਿਹੜਾ ਬਿਕੋਜ਼ ਆਪਾਂ ਇਸ ਕਲਾ ਨੂੰ ਪਿਆਰ ਕਰਦੇ ਹਾਂ ਨਾ, ਸੋ ਸਾਡੀ ਗੁਰੂ ਮਹਾਰਾਜ ਨੇ ਜੋਬ ਲਈ ਆ ਐਂਟਰਟੇਨ, ਅਸੀਂ ਇਹਦੀ ਹੀ ਸੇਵਾ ਕਰਨੀ ਆ। ਸੋ ਕਈ ਵਾਰੀ ਥੋੜ੍ਹੇ ਟਾਈਮ ਵਾਸਤੇ ਜਾਂ ਆਪਣੀ ਆਪਣਾ ਧਿਆਨ ਡਾਇਵਰਟ ਹੋਇਆ ਹੋਵੇ, ਉਹ ਚੀਜ਼ਾਂ ਤੁਹਾਡੇ ਦੂਰ ਜਾਂਦੀਆਂ ਨੇ, ਅਤੇ ਉਦੋਂ ਮਿਸ ਤਾਂ ਬੰਦਾ ਕਰਦਾ, ਪੈਸੇ ਕੰਮ ਲਈ ਬਣੇ ਆ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਬਈ ਮੈਂ ਉਸ ਟਾਈਮ ਤੋਂ ਦੇਖਦਾ ਜਦੋਂ ਗਾਣਿਆਂ ਵਿੱਚ ਭਿੰਦੇ ਦਾ ਨਾਂ ਚੱਲਦਾ ਸੀ, ਜਦੋਂ ਕਲਾਕਾਰਾਂ ਦੀ ਜ਼ੁਬਾਨ 'ਤੇ ਭਿੰਦਾ ਹੋਇਆ ਹੁੰਦਾ ਸੀ, ਮਿਊਜ਼ਿਕ ਕਿਹਦੇ ਘਗਰਾਉਣਾ ਭਿੰਦੇ ਹੋਇਲੇ ਦਾ ਗਾਵਾਂਗੇ, ਕਿਹਦਾ ਚੱਲੂਗਾ ਭਿੰਦੇ ਹੋਇਲੇ ਦਾ ਚੱਲੂਗਾ, ਦੇਸੀ ਗਰੀ ਹੋਵੇ, ਪਿੰਦਾ ਓਜਲਾ ਹੋਵੇ, ਪ੍ਰੀਤ ਹੁੰਦਲ ਹੋਵੇ, ਉਹ ਮਿਊਜ਼ਿਕ ਪ੍ਰੋਡਿਊਸਰ ਨੇ ਜਾਂ ਮਿਊਜ਼ਿਕ ਡਾਇਰੈਕਟਰ ਨੇ ਜਿਨ੍ਹਾਂ ਨੇ ਮਤਲਬ ਕਿ ਨਾ ਅੱਜ ਪੰਜਾਬ ਦੀ ਇੰਡਸਟਰੀ ਨੂੰ ਖੜਾ ਕੀਤਾ ਹੋਇਆ ਬਾਈ, ਬੇਸ ਤੁਸੀਂ ਲੋਕਾਂ ਨੇ ਬਣਾਇਆ ਹੋਇਆ। ਹਾਂਜੀ ਹਾਂਜੀ ਵੀਰੇ, ਦੇਖੋ ਕਰਨ ਵਾਲਾ ਤੋਂ ਗੁਰੂ ਮਹਾਰਾਜ ਹੁੰਦਾ, ਪਰ ਰੱਬ ਨੇ ਹਰੇਕ ਦੀ ਇੱਕ ਜੋਬ ਲਾਈ ਹੁੰਦੀ ਆ ਕਿ ਤੁਸੀਂ ਓਨੈਸਟੀ ਨਾਲ ਇਹ ਜੋਬ ਕਰਨੀ ਆ। ਜਦੋਂ ਜਿਹੜੀ ਵੀ ਜੋਬ ਦੇ ਵਿੱਚ, ਜਿਹੜੇ ਵੀ ਕੰਮ ਦੇ ਵਿੱਚ ਜਦੋਂ ਤੱਕ ਓਨੈਸਟੀ ਐਂਡ ਲੋਇਲਟੀ ਰਹਿੰਦੀ ਆ, ਉਹਨੂੰ ਗੁਰੂ ਮਹਾਰਾਜ ਭਾਗ ਲਾਉਂਦਾ ਹੀ ਆ, ਉਹ ਸਕਸੈਸ ਤੁਹਾਨੂੰ ਮਿਲਣੀ ਹੀ ਮਿਲਣੀ। ਪਿੰਦੇ ਦੀ ਜ਼ਿੰਦਗੀ ਸਕਸੈਸ ਮਤਲਬ ਕਿ ਉਹਨੂੰ ਮਿਲੀ ਤਾਂ ਹੈ, ਇਹ ਤਾਂ ਪਤਾ, ਕਿਉਂਕਿ ਅੱਜ ਕੁਛ ਆਰਟਿਸਟ ਜਿਹੜੇ ਵਰਗੇ ਮੁਕਾਮ 'ਤੇ ਹੈਗੇ ਆ, ਪਿੰਦੇ ਨੇ ਕਿਸੇ ਆਰਟਿਸਟ ਨੂੰ ਪਿੰਦੇ ਨੇ ਦੱਸਿਆ ਵੀ ਇੱਦਾਂ ਨਹੀਂ ਇੱਦਾਂ ਚੀਜ਼ ਕਰ, ਕਿਸੇ ਆਰਟਿਸਟ ਜ਼ਿੰਦਗੀ 'ਚ ਪਿੰਦੇ ਦਾ ਯੋਗਦਾਨ ਰਿਹਾ ਉਹਦੇ ਗਾਣਿਆਂ ਕਰਕੇ, ਹੈ ਨਾ, ਮਿਊਜ਼ਿਕ ਕਰਕੇ, ਤਾਂ ਅੱਜ ਉਹ ਆਰਟਿਸਟ ਤਾਂ ਬੜੇ ਯੂਨੋ ਆਪਾਂ ਕਹਿ ਸਕਦੇ ਹਾਂ ਉੱਚੇ ਮੁਕਾਮ 'ਤੇ ਹੈਗੇ ਆ। ਪਿੰਦਾ ਕਿਉਂ ਇੰਨਾ ਡਾਊਨ ਅੱਜ? ਦੋ ਤਰੀਕੇ ਦੇ ਹੁੰਦੇ ਨੇ ਸਰ, ਇੱਕ ਇੱਥੋਂ ਵਾਲੇ, ਇੱਕ ਦਿਲ ਵਾਲੇ, ਹੈ ਨਾ। ਸੋ ਆਈ ਐਮ ਅ ਲਿਟਲ ਇਮੋਸ਼ਨਲ ਪਰਸਨ, ਹਾਂ, ਐਂਡ ਮੈਨੂੰ ਲੱਗਦਾ ਕਿ ਇਮੋਸ਼ਨ ਦੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਲਿਟਲ ਬਿਜ਼ਨਸਮੈਨ ਵੀ ਹੋਣਾ ਚਾਹੀਦਾ ਤਾਂ ਕਿ ਤੁਸੀਂ ਉਹ ਕੰਮ ਕਰ ਸਕੋ, ਐਂਡ ਜਿਹੜੇ ਤੁਹਾਡੇ ਨਾਲ ਹੋਰ ਜੁੜੇ ਨੇ, ਜਿੱਦਾਂ ਮੇਰੇ ਵਰਗੇ ਸੀ ਕਿ ਮੈਂ ਕਿੱਦਾਂ ਸਟਰਗਲ ਕਰਕੇ ਆਇਆ, ਰੱਬ ਮੈਨੂੰ ਹੋਰਾਂ ਦਾ ਜ਼ਰੀਆ ਬਣਾ ਸਕੇ, ਮੈਂ ਉਹਨਾਂ ਦੀ ਹੈਲਪ ਕਰ ਸਕਾਂ। ਪੈਸਾ ਇਜ਼ ਨੋਟ ਇੰਪੋਰਟੈਂਟ, ਬਟ ਤੁਹਾਨੂੰ ਉਸ ਚੀਜ਼ ਨੂੰ ਮੇਨਟੇਨ ਰੱਖਣ ਵਾਸਤੇ ਉਹ ਰੁਤਬਾ ਜਿਹੜੇ ਜਿਹੜੇ ਬਣੇ ਉਹਦੇ ਵਾਸਤੇ ਜ਼ਰੂਰਤ ਵੀ ਹੈ। ਸੋ ਤਾਂ ਕਰਕੇ ਕਿ ਮੈਂ ਸ਼ਾਇਦ ਉਹ ਹੋਵੇ, ਜਾਂ ਕਈ ਵਾਰੀ ਕੋਈ ਪਰਸਨਲ ਇਸ਼ੂ ਹੋ ਜਾਂਦੇ ਨੇ ਅਤੇ ਥੋੜ੍ਹਾ ਗੈਪ ਪੈ ਗਿਆ ਹੋਵੇ, ਬਟ ਨਾਓ ਪਹਿਲਾਂ ਨਾ ਮੈਂ ਤੁਹਾਡੀ ਸਾਰੀ ਗੱਲ ਮੰਨ ਗਿਆ, ਪਹਿਲਾਂ ਮੈਨੂੰ ਯਾਰ ਗਲਾਸੀ ਸੁਣਾਓ, ਉਹ ਦਿਮਾਗ ਨਾ ਮੇਰੇ ਅੰਦਰ ਰੜਕੀ ਜਾ ਰਿਹਾ ਇੱਥੇ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਹੈ। ਹਾਂ, ਮੈਂ ਅੰਤਰੇ ਤੋਂ ਸ਼ੁਰੂ ਕਰਦਾ। ਹਾਂ ਪਲੀਜ਼। ਪਿੰਦੇ ਓਜਲੇ ਨਾਲ ਜਦੋਂ ਦਾ ਹੋ ਗਿਆ ਧੋਖਾ ਏ, ਪੈਗ ਆਸਰ ਡਾਈਮ ਗੜੀ ਦਾ ਔਖਾ ਸੌਖਾ ਏ, ਦੁਨੀਆਂ ਦੇ ਨਾਲੇ ਅੱਜ ਕੱਲ੍ਹ ਆਪਾਂ ਘੱਟ ਹੀ ਬੋਲੀ ਦਾ, ਬੋਤਲ ਦੇ ਨਾਲ ਬਹਿ ਕੇ ਦਿਲ ਦਾ ਦੁੱਖੜਾ ਫੋਲੀ ਦਾ, ਜਦ ਬੋਤਲ ਦਰਦ, ਹਾਂ ਜਦ ਬੋਤਲ ਦਰਦ,
ਜਦ ਬੋਤਲ ਦਰਦ ਵੰਡਾਵੇ ਗੱਲ ਸਮਝਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ। ਉਹੀ ਆਵਾਜ਼, ਉਹੀ ਟੱਚ, ਹੈ ਨਾ, ਥੈਂਕ ਯੂ, ਸਵਾਦ ਆ ਜਾਂਦਾ ਯਾਰ। ਮੈਂ ਸੋਚਦਾ ਮੈਂ ਕਿਹਾ ਵੀ ਯਾਰ ਇਹ ਕਿੰਨੇ ਆ, ਤੇ ਬਾਈ ਇਹ ਜਿਹੜੇ ਵੱਡੇ ਹੋਏ ਨਾ ਅੱਜ ਕੱਲ੍ਹ ਮੁੰਡੇ, ਇਹ ਸਾਰੇ ਸਮੇਂ 'ਚ ਨਿਕਲ ਨੁਕਲ ਗਏ ਹੋਇਆ ਗਾਣਾ। ਇਹ ਗਾਣਾ ਮਤਲਬ ਜਦੋਂ ਗਾਣਾ ਹਿੱਟ ਹੋ ਜਾਂਦਾ ਆਪਣਾ ਨਹੀਂ ਰਹਿੰਦਾ, ਉਹ ਸਾਰਿਆਂ ਦੇ ਬਣ ਜਾਂਦਾ। ਤੁਹਾਡਾ ਗਾਣਾ ਹੋ ਗਿਆ, ਤੁਸੀਂ ਇਸ ਗਾਣੇ 'ਤੇ ਕਿੰਨੀਆਂ ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ, ਹੈ ਨਾ, ਆਪਾਂ ਪਾਰਟੀਜ਼ ਕੀਤੀ ਹੁੰਦੀਆਂ ਨੇ, ਦਾਰੂ ਪੀ ਗਰਲਫ੍ਰੈਂਡ ਨੂੰ ਫੋਨ ਲਾਇਆ ਹੁੰਦਾ ਹੈ ਨਾ, ਕਿਉਂਕਿ ਇਹਦੇ ਵਿੱਚ ਸਾਰਾ ਕੁਛ ਹੀ ਆ, ਪਿਆਰ ਆ, ਡਾਂਸ ਆ, ਸਭ ਕੁਛ ਹੀ ਆ। ਸੋ ਉਹ ਗਾਣਿਆਂ ਨਾਲ ਯਾਦਾਂ ਜੁੜੀਆਂ। ਇੰਨੀ ਇੰਨੇ ਅੱਛੇ ਸਮੇਂ ਤੋਂ ਬਾਅਦ, ਇੰਨੇ ਗਾਣੇ ਹਿੱਟ ਦੇਣ ਤੋਂ ਬਾਅਦ, ਕਿਹੜੀ ਚੀਜ਼ ਰਹਿ ਗਈ ਪਿੰਦੇ ਦੀ ਜ਼ਿੰਦਗੀ 'ਚ ਜਿਹਨੇ ਉਹਨੂੰ ਪਿੱਛੇ ਕਰਤਾ? ਜਿੱਦਾਂ ਮੈਂ ਪਹਿਲੇ ਤੁਹਾਨੂੰ ਦੱਸ ਕੇ ਹਟਿਆ ਕਿ ਦਿਲ ਅਤੇ ਦਿਮਾਗ ਵਾਲੇ ਲੋਕ ਹੁੰਦੇ ਨੇ ਨਾ ਜ਼ਿੰਦਗੀ। ਮੈਂ ਇੱਦਾਂ ਦਾ ਇਨਸਾਨ ਹਾਂ ਕਿ ਜੇ ਮੈਨੂੰ ਕੋਈ ਵੀ ਕਹੂਗਾ ਕਿ ਯੈਸ ਕੋਈ ਉਹਨੂੰ ਪ੍ਰੋਬਲਮ ਆ, ਜੋ ਮੈਨੂੰ ਪਿਆਰ ਕਰਦਾ ਆ, ਤਾਂ ਮੈਂ ਸਾਰਾ ਕੁਛ ਸਮਰਪਿਤ ਕਰ ਦੂੰਗਾ ਉਹਦੇ ਬਦਲੇ, ਮੇਰੀ ਲਾਈਫ ਉਹਦੇ ਅਰਾਊਂਡ ਹੋ ਜਾਂਦੀ ਆ, ਹੈ ਨਾ। ਉੱਥੇ ਕਈ ਵਾਰੀ ਇਨਸਾਨ ਤੋਂ ਹੋ ਜਾਂਦੀ ਆ ਕਿ ਬੰਦਾ ਕਹਿੰਦਾ ਛੱਡ ਯਾਰ ਸਾਰਾ ਕੁਛ ਛੱਡਿਆ, ਇਸ ਲਈ ਮੈਂ ਸਾਰਾ ਕੁਛ ਕਰੂੰਗਾ। ਪਰ ਜਦੋਂ ਉਹ ਇਨਸਾਨ ਆ ਐਂਡ 'ਤੇ ਪਤਾ ਲੱਗਦਾ ਕਿ ਨਹੀਂ ਯਾਰ, ਹੈ ਨਾ, ਵੀ ਇਹਦਾ ਇੰਨਾ ਹੀ ਦਾਣਾ ਪਾਣੀ ਲਿਖਿਆ ਸੀ, ਉਦੋਂ ਉਸ ਟਾਈਮ ਜਿਹੜਾ ਤੁਸੀਂ ਗਵਾਇਆ ਹੁੰਦਾ ਉਹ ਹਰਟ ਹੁੰਦਾ, ਉਹ ਟਾਈਮ ਵਾਪਸ ਨਹੀਂ ਆਉਂਦਾ। ਬਾਕੀ ਜ਼ਿੰਦਗੀ ਵਿੱਚ ਕੌਣ ਤੁਹਾਡੇ ਨਾਲ ਮਾੜਾ ਕਰ ਗਿਆ, ਚੰਗਾ ਕਰ ਗਿਆ, ਗੁਰੂ ਮਹਾਰਾਜ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਉਹਦਾ ਦਾਣਾ ਪਾਣੀ ਲਿਖਿਆ ਆ। ਬੁਰੇ ਅਤੇ ਚੰਗੇ ਇਨਸਾਨ ਹੁੰਦੇ ਨੇ, ਅਗਰ ਬੁਰੇ ਆ ਤਾਂ ਚੰਗਿਆਂ ਦਾ ਪਤਾ ਲੱਗੂਗਾ, ਅਗਰ ਚੰਗੇ ਆ ਤਾਂ ਬੁਰਿਆਂ ਦਾ ਪਤਾ ਲੱਗੂਗਾ। ਸੋ ਪਰ ਉਹਦੇ ਨਾਲ ਮੈਂ ਇੱਕ ਗੱਲ ਹੋਰ ਅਟੈਚ ਕਰਦਾ ਕਿ ਸਭ ਤੋਂ ਪਹਿਲੇ ਆਪਣੇ ਆਪ ਨੂੰ ਪਹਿਚਾਣੋ ਕਿ ਤੁਸੀਂ ਇਸ ਦੁਨੀਆ 'ਤੇ ਕਿਉਂ ਹੋ ਅਤੇ ਰੱਬ ਨੇ ਤੁਹਾਨੂੰ ਕਾਹਦੇ ਲਈ ਭੇਜਿਆ ਆ। ਆਈ ਵਾਜ਼ ਆ ਵੈਰੀ ਸ਼ੋਰ ਕਿ ਮੈਂ ਐਂਟਰਟੇਨਮੈਂਟ ਦੀ ਸੇਵਾ ਕਰਨੀ ਆ। ਰੱਬ ਨੇ ਕਿਹਾ ਓਕੇ, ਤੈਨੂੰ ਦਿੱਤੀ, ਕਿਉਂਕਿ ਮੈਂ ਇੱਕ 5 ਕਿੱਲੇ ਸਾਡੀ ਜ਼ਮੀਨ, ਇੱਕ ਨੋਰਮਲ ਕਿਸਾਨ ਪਰਿਵਾਰ 'ਚੋਂ ਮੈਂ ਆਇਆ, ਹੈ ਨਾ, ਕਿੱਥੇ ਐਡੇ ਉਨੇ ਪੈਸੇ ਕਰ ਸਕਦੇ। ਲੇਕਿਨ ਰੱਬ ਨੇ ਕਿਹਾ ਓਕੇ, ਇਹ ਬੰਦਾ ਓਨਸਟ ਆ, ਯੂ ਪ੍ਰੋਮਿਸ, ਉਹ ਆਪਣੀ 100% ਜੋਬ ਦੇਗਾ। ਮੈਂ ਕਿਹਾ ਯੈਸ ਵਾਹਿਗੁਰੂ, ਉਹਨੇ ਦੇ ਦਿੱਤੀ। ਉਹ ਤੋਂ ਬਾਅਦ ਜਦੋਂ ਉਹ ਤੋਂ ਮੇਰਾ ਧਿਆਨ ਭਟ ਗਿਆ, ਰੱਬ ਨੇ ਕਿਹਾ ਨੋ, ਇਟਸ ਨੋਟ ਫੇਅਰ, ਐਂਡ ਫਿਰ ਵਿੱਚ ਗਾਣੇ ਹਿੱਟ ਹੋ ਜਾਣੇ, ਚੱਲਣੇ ਨਹੀਂ, ਹਿੱਟ ਹੋਣੇ। ਉਹ ਰੱਬ ਕਹਿੰਦਾ ਸੀ ਕਿ ਨਹੀਂ ਯਾਰ ਤੂੰ ਕਰ, ਉਹ ਸਾਈਨ ਦਿੰਦਾ ਸੀ, ਉਹ ਇੱਕਦਮ ਫਲੋਪ ਕਰਕੇ ਵੀ ਬਿਠਾ ਸਕਦਾ ਸੀ, ਪਰ ਨਹੀਂ, ਉਹ ਫੇਰ ਕੁਛ ਗਾਣਾ ਵਿੱਚ ਹਿੱਟ ਹੋ ਜਾਂਦਾ ਸੀ, ਫੇਰ ਨਹੀਂ ਹੁੰਦੇ ਸੀਗੇ। ਲੇਕਿਨ ਹੁਣ ਪਿਛਲੇ 2 ਸਾਲ ਤੱਕ ਕੰਟੀਨਿਊ ਵਰਕਿੰਗ 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 ਐਂਡ ਵਰਕਿੰਗ, ਇੱਕ ਹੀ ਫੋਕਸ, ਇੱਕ ਹੀ ਡਿਮਾਂਡ ਰੱਬ ਤੋਂ, ਵਾਹਿਗੁਰੂ ਮੈਨੂੰ ਮੇਰਾ ਰੁਤਬਾ ਵਾਪਸ ਦੇ, ਮੈਨੂੰ ਉਸ ਸੇਵਾ ਵਿੱਚ ਵਾਪਸ ਕਰ। ਅਤੇ ਰੱਬ ਨੇ ਫੇਰ ਦੇਣਾ ਸ਼ੁਰੂ ਕਰਤਾ। 5 ਫਿਲਮਾਂ, ਇੱਕ ਡਾਇਰੈਕਟਰ ਤੋਂ ਫਿਰ ਰੱਬ ਨੇ, ਇੱਕ ਫਿਲਮਾਂ ਹੁੰਦੀਆਂ ਕਿ ਕਿਸੇ ਕੋਲ ਮੰਗਣੀਆਂ, ਰੱਬ ਕਹਿੰਦਾ ਤੂੰ ਜਾਣਾ ਨਹੀਂ, ਚੱਲ ਕੋਈ ਨਹੀਂ, ਯਾਰ ਦੋਸਤ ਫੇਰ ਖੜ ਗਏ ਆ ਕੇ, ਉਹ ਕਹਿੰਦੇ ਚੱਲ ਬਣਾ। ਫਿਲਮ ਬਣਾਈ 1, 2, 3, 5 ਫਿਲਮਾਂ, ਸ਼ੁਕਰ ਉਸ ਮਾਲਕ ਦਾ, ਕਿਉਂਕਿ ਰੱਬ ਚਾਹੁੰਦਾ ਆ ਕਿ ਤੈਨੂੰ ਮੈਂ ਇਸ ਕੰਮ ਲਈ ਭੇਜਿਆ, ਤੂੰ ਇਹ ਜੋਬ ਕਰਨੀ। ਭਿੰਦੇ ਬਾਈ, ਮੈਂ ਜਾਣਨਾ ਚਾਹੁੰਦਾ, ਭਾਵੇਂ ਗਿੱਪੀ ਗਰੇਵਾਲ ਹੋਵੇ, ਦਲਜੀਤ ਦੋਸਾਂਝ ਹੋਵੇ, ਐਮੀ ਵਿਰਕ ਹੋਵੇ, ਜਾਂ ਹੋਰ ਕਿੰਨੀ ਇੰਡਸਟਰੀ 'ਚ ਇੱਦਾਂ ਦੇ ਨਾਮੀ ਗਾਇਕ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਭਿੰਦੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਆ, ਜਿਨ੍ਹਾਂ ਦੇ ਗਾਣੇ ਭਿੰਦੇ ਨੇ ਬਣਾਏ ਆ। ਮੈਂ ਇੱਕ ਵਾਰ ਤੁਹਾਡੇ ਮੂੰਹੋਂ ਜਾਣਨਾ ਚਾਹੂੰਗਾ ਕਿ ਇਹਨਾਂ ਨਾਲ ਕੰਮ ਤੁਸੀਂ ਕੀਤਾ ਹੈ ਅਤੇ ਕੀ ਕੀਤਾ ਆ। ਮੈਂ ਇਹ ਉਸ ਸਮੇਂ ਨੂੰ ਦੁਬਾਰਾ ਰਿਮਾਇੰਡ ਕਰਨਾ ਚਾਹੁੰਦਾ ਬਾਈ। ਮੇਰੀ ਜਿਹੜੀ ਸਟਾਰਟਿੰਗ ਆ, ਸਟਾਰਟਿੰਗ ਦੇ ਗਾਣੇ 'ਚ ਗਿੱਪੀ ਭਾਈ ਦੇ ਗਾਣੇ ਬਹੁਤ ਬਣਾਏ ਮੈਂ। ਸੋ ਪਹਿਲਾਂ ਕਿਹੜਾ ਬਣਾਇਆ? ਪਹਿਲਾਂ ਗਿੱਪੀ ਭਾਈ ਦਾ ਗਾਣਾ ਸੀਗਾ, ਜਿੱਥੋਂ ਦੋ ਚੀਜ਼ਾਂ ਇੱਕਦਮ ਹਿੱਟ ਹੋਈਆਂ ਸੀ, ਇੱਕ ਯਾਰ ਗਲਾ ਸੀ ਮੇਰਾ ਵੋਕਲ, ਪਰ ਮੇਰਾ ਗਾਇਕੀ ਨੂੰ ਜ਼ਿਆਦਾ ਮਿਊਜ਼ਿਕ ਹਿੱਟ ਹੋ ਗਿਆ। ਉਹ ਪਹਿਲਾ ਗਾਣਾ ਗਿੱਪੀ ਭਾਈ ਦਾ ਬਣਾਇਆ ਸੀ, ਜਦੋਂ ਕਿਸੇ ਗੱਭਰੂ 'ਤੇ ਦਿਲ ਆ ਗਿਆ, ਆਪੇ ਪਤਾ ਲੱਗ ਜੂ ਕਿ ਹੁੰਦਾ ਪਿਆਰ ਨਹੀਂ। ਉਸੇ ਐਲਬਮ 'ਚ ਗਾਣਾ ਸੀਗਾ, ਵਿੱਚ ਪਿੜਾਂ ਦੇ ਪਹਿਣ ਪੜਾਕੇ 12 ਬੋਲਾਂ ਦੇ।
ਸੋ ਉਹ ਗਾਣਾ ਮੈਂ ਬਣਾਇਆ ਗਿੱਪੀ ਭਾਅ ਜੀ ਆਲਵੇਜ਼ ਉਦੋਂ ਵੀ ਸਟਾਰ ਹੀ ਸੀ ਸੁਪਰ ਸਟਾਰ ਸੀਗੇ ਭਾਅ ਜੀ ਕਹਿੰਦਾ ਕੌਣ ਹੈ ਪੜ੍ਹੋ ਇਹਨੂੰ ਅਤੇ ਦਿਨੇਸ਼ ਭਾਅ ਜੀ ਨੇ ਮੇਰੀ ਖੋਜ ਕੀਤੀ ਜਸਵੀਰ ਰੱਖੋ ਵਾਲੀ ਨਾ ਉਹਨਾਂ ਨੂੰ ਮੈਂ ਗੋਡਫਾਦਰ ਮੰਨਦਾ ਅਤੇ ਉਹ ਕਹਿੰਦਾ ਇੱਦਾਂ ਇੰਗਲੈਂਡ ਤੋਂ ਕਹਿੰਦਾ ਉਹਨਾਂ ਮੈਂ ਭਾਅ ਜੀ ਗੱਲ ਹੋਈ ਮੇਰੀ ਕਹਿੰਦਾ ਅਗਲੀ ਐਲਬਮ ਤੂੰ ਕਰ ਰਿਹਾ ਫਿਰ ਮੈਂ ਦੂਸਰੀ ਐਲਬਮ ਕੀਤੀ ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇਰੇ ਕਰਕੇ ਨਹੀਂ ਸੁਪਰ ਹਿੱਟ ਹੈ ਨਾ ਉਹ ਤੋਂ ਤੀਜੀ ਕੀਤੀ ਸੁਪਰ ਹਿੱਟ ਗਿੱਪੀ ਭਾਅ ਜੀ ਦੀ ਫਿਲਮ ਜਿੰਨੇ ਮੇਰਾ ਦਿਲ ਉੱਚ ਗਾਣੇ ਕੀਤੇ ਗੋਰਿਆਂ ਪੈਰਾਂ ਦੇ ਚਾਂਦੇ ਦੀਆਂ ਝਾਂਜਰਾਂ ਸੁਪਰ ਹਿੱਟ ਸੋ ਹੁਣ ਬੜੇ ਸਾਲਾਂ ਬਾਅਦ ਫਿਰ ਗਾਣਾ ਮੈਂ ਕੀਤਾ ਜੱਟਾਂ ਦੇ ਮੁੰਡੇ ਦਸਵੀਂ ਕੀਤੀ ਆ ਜਾਂ ਸੁਲਤਾਨ ਦੇ ਨਾਲ ਗਾਣਾ ਆਇਆ ਸੀ ਉਹਦਾ ਗਾਣਾ ਤੁਸੀਂ ਇਹ ਵੀ ਕੀਤਾ ਨਾ ਜਿਵੇਂ ਦਿਲ ਉੱਤੇ ਦਾ ਦਿਲ ਸਾਡਾ ਲੁੱਟਿਆ ਗਿਆ ਹਾਂਜੀ 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 ਉਹ ਕੀਤਾ ਫਿਰ ਗਿੱਪੀ ਭਾਈ ਦੇ ਸ਼ਿੰਦੇ ਦਾ ਪਹਿਲਾ ਗਾਣਾ ਆਇਸ ਕੈਪ ਉਹ ਵੀ ਭਾਅ ਜੀ ਕਹਿੰਦਾ ਦਿਲ ਕਰ ਸੋ ਭਾਅ ਜੀ ਨਾਲ ਬਹੁਤ ਪੁਰਾਣਾ ਉਹ ਆ ਕਿ ਭਾਅ ਜੀ ਦੀਆਂ ਜ਼ਿੰਮੇਵਾਰੀਆਂ ਬਹੁਤ ਵਧੀਆ ਹੋਈਆਂ ਨੇ ਹੀ ਇਜ਼ ਸੋ ਬਿਜ਼ੀ ਹੈ ਨਾ ਪਰ ਕੰਟੈਕਟ 'ਚ ਆਲਵੇਜ਼ ਆਲਵੇਜ਼ ਚੰਗੀ ਸਲਾਹ ਦਿੰਦੇ ਨੇ ਆਲਵੇਜ਼ ਕਦੇ ਵੀ ਫੋਨ ਮਿਸ ਵੀ ਕਰ ਦੇਣਾ ਮੈਸੇਜ ਆਉਣਾ ਹਾਂ ਵੀ ਕਿੱਦਾਂ ਪੈਂਦੇ ਫੋਨ ਕੀਤਾ ਸੀਗਾ ਚੰਗੇ ਯਾਰ ਦੋ ਦੀ ਸਲਾਹ ਹੀ ਕਰੋੜਾਂ ਰੁਪਈਆਂ ਦੀ ਹੁੰਦੀ ਹੈ ਚੰਗਾ ਯਾਰ ਦੋ ਤੁਹਾਨੂੰ ਸਲਾਹ ਹੀ ਦੇ ਦੇ ਨਾ ਕੋਈ ਆਹ ਨਾ ਆ ਕਰ ਆਲਵੇਜ਼ ਸਮਝਾਉਂਦੇ ਨੇ ਸੋ ਆਲਵੇਜ਼ ਥੈਂਕ ਯੂ ਭਾਅ ਜੀ ਦਾ ਅਤੇ ਹੋਰ ਭਾਅ ਜੀ ਦਲਜੀਤ ਅਤੇ ਐਵੇਂ ਭਾਅ ਜੀ ਦਲਜੀਤ ਭਾਅ ਜੀ ਦੇ ਮੈਂ ਜ਼ਿਆਦਾ ਗਾਣੇ ਨਹੀਂ ਬਣਾਏ ਉਸ ਫਿਲਮ ਦੇ ਦੌਰਾਨ ਮੈਂ ਬਣਾਏ ਜਿੰਨੇ ਮੇਰਾ ਦਿਲ ਲੁੱਟਿਆ ਜਿਹੜੀ ਭਾਅ ਜੀ ਦੇ ਫਿਲਮ ਸੀਗੇ ਅਤੇ ਮੈਨੂੰ ਲੱਗਦਾ ਦੁਬਾਰਾ ਗਿੱਪੀ ਭਾਈ ਨੇ ਦਲਜੀਤ ਭਾਈ ਨੇ ਇਕੱਠੇ ਗਾਇਆ ਵੀ ਨਹੀਂ ਉਹ ਮੇਰੇ ਹੀ ਬਣਾਏ ਹੋਏ ਨੇ ਵੱਡੇ ਵੱਡੇ ਵੈਲੀ ਆ ਕਿਦਾਂ ਨਹੀਂ ਚੱਕਦੇ ਅਤੇ ਉਹ ਵਾਲੇ ਗਾਣੇ ਨਾ ਇਹ ਕਿ ਦਲਜੀਤ ਭਾਈ ਦਾ ਹੋਰ ਗਾਣਾ ਬਣਾਇਆ ਸੀ ਬਹੁਤ ਪੁਰਾਣਾ ਜੱਟ ਬੁੱਕ ਦਾ ਫਿਰ ਪੀ ਕੇ ਲਾਲ ਰੰਗ ਦੀ ਬਹੁਤ ਪੁਰਾਣੇ ਓਲਡ ਸਕੂਲ ਗਾਣੇ ਨੇ ਅਤੇ ਉਹਨਾਂ ਨਾਲ ਮੁੜ ਕੇ ਕੰਟੈਕਟ ਨਹੀਂ ਹੋਇਆ ਮੇਰਾ ਐਮੀ ਤਾਂ ਓਬਵੀਅਸ ਅਸੀਂ ਰਹੇ ਇਕੱਠੇ ਹਾਂ ਸ਼ੁਰੂ ਸ਼ੁਰੂ ਵਿੱਚ ਨਾ ਅਤੇ ਚੰਡੀਗੜ੍ਹ ਲੈ ਕੇ ਆਉਣ ਵਾਲਾ ਐਮੀ ਹੈ ਮੈਨੂੰ ਘਰ ਉਹ ਸਫ਼ਰ ਮੈਂ ਐਮੀ ਭਾਈ ਜ਼ਰੂਰ ਜਾਣਨਾ ਚਾਹੁੰਗਾ ਬਾਈ ਦੱਸੋ ਐਮੀ ਮੇਰੀ ਇੱਕ ਐਲਬਮ ਆਉਣ ਵਾਲੀ ਸੀਗੀ ਸ਼ਾਇਦ ਉਹ ਤੁਸੀਂ ਨਹੀਂ ਸੁਣੀ ਹੋਣੀ ਬਿਕੋਜ਼ ਇੰਨੀ ਨਹੀਂ ਚੱਲੀ ਸੀਗੀ ਉਹਦੇ ਕਰਕੇ ਗਾਣਾ ਸੀ ਇਹ ਦੁਨੀਆ ਡਰਾਮੇਬਾਜੀ ਪਿੱਠ ਪਿੱਛੇ ਕੱਢਦੀ ਗਾਲਾਂ ਉੱਥੇ ਕਹਿੰਦੀ ਭਾਅ ਜੀ ਦੁਨੀਆ ਡਰਾਮੇਬਾਜੀ ਉਹ ਐਲਬਮ ਮੇਰੀ ਰਿਲੀਜ਼ ਹੋਣੀ ਸੀਗੀ ਸਪੀਡ ਦੇ ਨਾਲ ਉਦੋਂ ਹੀ ਐਮੀ ਨੇ ਇੰਟਰੋਡਿਊਸ ਕੀਤਾ ਸਪੀਡ ਦੇ ਵਿੱਚ ਆਈ ਥਿੰਕ 2012 ਦੀ ਗੱਲ ਹੋਊਗੀ 11-12 ਇਸੇ ਦੀ ਗੱਲ ਆ ਅਤੇ ਉਦੋਂ ਐਮੀ ਦਾ ਮਿਊਜ਼ਿਕ ਜਿਹੜਾ ਭਾਅ ਜੀ ਕਹਿੰਦੇ ਵੀ ਬਿੰਦੇ ਦਾ ਮਿਊਜ਼ਿਕ ਆ ਐਮੀ ਨਾਲ ਮੇਰੀ ਦੋਸਤੀ ਪੈ ਗਈ ਉਹ ਘਰ ਆਉਣਾ ਐਮੀ ਇਸ ਦਿਲ ਦਾ ਬਹੁਤ ਚੰਗਾ ਇਨਸਾਨ ਆ ਕਈ ਵਾਰੀ ਜਦੋਂ ਲੱਗਦਾ ਉਹਨੂੰ ਕਈ ਵਾਰੀ ਤਾਂ ਬੋਲਦਾ ਹੈ ਪਰ ਉੱਦਾਂ ਦਾ ਹੈ ਨਹੀਂ ਉਹ ਅਤੇ ਉਹਨਾਂ ਦੋਸਤੀ ਪੈ ਗਈ ਅਤੇ ਅਸੀਂ ਮਿਹਨਤ ਕਰਕੇ ਉਹ ਐਲਬਮ ਬਣਾਈ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਆਤ ਨੇ ਉਹ ਗਾਣਾ ਸੁਪਰਹਿਟ ਹੋ ਗਿਆ ਸਾਡੀ ਦੋਸਤੀ ਪੈ ਗਈ ਅਤੇ ਫਿਰ ਜਲੰਧਰ ਛੱਡ ਕੇ ਚੰਡੀਗੜ੍ਹ ਮੈਂ ਆ ਗਿਆ ਕੋਈ ਰੀਜ਼ਨ ਕਰਕੇ ਐਂਡ ਐਮੀ ਨੇ ਲੱਭ ਕੇ ਦਿੱਤਾ ਮੈਨੂੰ 80 ਸੈਕਟਰ ਵਿੱਚ ਫਲੈਟ ਇੱਥੇ ਅਤੇ ਐਮੀ ਕਹਿੰਦਾ ਕਿ ਭਾਅ ਜੀ ਉਹ ਤਾਂ ਗਾਣਾ ਚੱਲ ਗਿਆ ਪਰ ਐਮੀ ਬਹੁਤ ਹਾਰਡ ਵਰਕਿੰਗ ਸੀ ਉਹ ਅਗਰ ਉੱਥੋਂ ਤੱਕ ਹੈਗਾ ਨਾ ਉਸ ਸਟੇਜ ਮੈਨੂੰ ਪਤਾ ਕਿ ਐਮੀ ਨੇ ਕਿਤੇ ਸ਼ੋਅ ਹੋਣਾ ਕਿ ਅਗਰ 20,000 ਦਾ ਸ਼ੋਅ ਹੋਣਾ 21 ਦਾ ਸ਼ੋਅ ਹੋਣਾ ਐਮੀ ਨੂੰ ਇਹ ਨਹੀਂ ਹੁੰਦਾ ਵੀ 21,000 ਐਮੀ ਨੂੰ ਇਹ ਹੁੰਦਾ ਸੀਗਾ ਕਿ 21,000 ਦਾ ਮੈਟਰ ਨਹੀਂ ਕਰਦਾ ਮੈਂ ਪਰਫੋਰਮ ਕਰਨਾ ਉਹਦਾ ਹਾਰਡ ਵਰਕ ਉਹਨੂੰ ਉੱਥੇ ਲੈ ਕੇ ਗਿਆ ਪਲੱਸ ਉਹਦੇ ਸਟਾਰ ਬਹੁਤ ਤੇਜ਼ ਆ ਐਮੀ ਦੇ ਸਟਾਰ ਇਜ਼ ਵੈਰੀ ਸ਼ਾਰਪ ਫਿਰ ਇਹੀ ਗਾਣਾ ਬਣਾਇਆ ਯਾਰ ਮਿਲੇ ਅਮਲੀ ਸਹੇਲੀ ਮਿਲੀ ਕਮਲੀ ਉਹ ਵੀ ਹੱਟ ਹੋ ਗਿਆ ਚਲੋ ਹੋਰ ਸ਼ੋਅ ਮਿਲ ਲੱਗ ਪਏ ਫਿਰ ਇੱਕ ਗਾਣਾ ਬਣਾਇਆ ਮੈਂ ਤਾਂ ਸੀਰੀ ਰੋਂਦੇ ਰਹੇ ਜੋ ਖੇਤ ਦੀ ਬੋਲੀ ਲੱਗਦੀ ਰਹੀ ਉਹ ਵੀ ਚੱਲ ਗਿਆ ਫਿਰ ਗਾਣਾ ਬਣਾਇਆ ਯਾਰ ਜੁੰਡੀ ਦੇ ਬਣਾਏ ਰੋਂਦ ਵਰਗੇ ਉਹ ਵੀ ਚੱਲ ਗਿਆ ਫਿਰ ਉਸ ਤੋਂ ਬਾਅਦ ਐਮੀ ਜਦੋਂ ਬੁਲੇਟ ਵਾਲਾ ਗਾਣਾ ਸੀ ਐਲਬਮ ਉਹ ਗੁਪਸ਼ੇਰਾ ਮੀਰਾ ਮਿਊਜ਼ਿਕ ਡਾਇਰੈਕਟਰ ਗੁਪਸ਼ੇਰਾ ਹੈ ਨਾ ਗੁਪਸ਼ੇਰਾ ਹੈ ਨਾ ਉਹਨਾਂ ਨੇ ਕੀਤੀ ਉਹ ਵੀ ਮੁੰਡਾ ਵੈਰੀ ਟੈਲੈਂਟਡ ਉਹ ਐਲਬਮ ਉਸ ਤੋਂ ਬਾਅਦ ਫਿਰ ਉਹਨਾਂ ਦੇ ਚਲੋ ਉਹਨਾਂ ਨੂੰ ਉੱਧਰ ਹੋ ਗਏ ਬਿਜ਼ੀ ਫਿਰ ਉੱਧਰ ਕੰਮ ਕਰਨ ਲੱਗ ਪਏ ਮੈਂ ਇੱਧਰ ਕੰਮ ਕਰਦਾ ਰਿਹਾ ਸੇਮ ਟਾਈਮ 'ਤੇ ਹੀ ਬਾਬਾ ਐਂਟਰ ਕੀਤਾ ਰਣਜੀਤ ਬਾਬਾ ਉਹਦਾ ਪਹਿਲਾ ਗਾਣਾ ਹੋਸਟਲ ਮੈਂ ਬਣਾਇਆ ਉਸ ਤੋਂ ਬਾਅਦ ਚਲੋ ਉਹ ਉਹਨਾਂ ਨਹੀਂ ਚੱਲਿਆ ਲੇਕਿਨ ਸਾਡੀ ਵਾਰੀ ਆਉਣ ਦੇ ਹਰਜੋਤ ਆ ਗਿਆ ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ ਤੈਨੂੰ ਪੱਟ ਗਏ ਲੰਡਨ ਦੇ ਲਾਰੇ ਦੋ ਐਲਬਮ ਯਾਰ ਰਹਿ ਗਿਆ ਮੋੜ ਦਾ ਨੱਕੇ ਫਿਰ ਸਰਦਾਰੀ ਕਮਲ ਗਰੇਵਾਲ ਇੱਕ ਤੇਰੀ ਦੀਵਾਨਗੀ ਮੈਨੂੰ ਦੂਜਾ ਸ਼ੌਕ ਸਰਦਾਰੀ ਸੋ ਇੱਦਾਂ ਕਰਕੇ ਚੀਜ਼ਾਂ
ਆਉਂਦੀਆਂ ਗਈਆਂ, ਮਾਲਕ ਕਰਾਉਂਦਾ ਗਿਆ ਹੈ ਨਾ। ਭਿੰਦੇ ਬਾਈ ਮੈਂ ਨਾ ਓਬਜ਼ਰਵ ਕਰ ਪਾ ਰਿਹਾ, ਹਾਂਜੀ, ਕੋਈ ਨਾ ਮੈਨੂੰ ਨਾ ਇੱਦਾਂ ਦੀ ਕੋਈ, ਮੈਨੂੰ ਇਹ ਲੱਗਦਾ ਕਿ ਜਦੋਂ ਜ਼ਿੰਦਗੀ 'ਚ ਤੁਹਾਡੇ ਇੰਨੇ ਸਟਾਰ ਬੁਲੰਦੀ ਆ ਰਹੇ ਆ, ਤੁਸੀਂ ਇੰਨਾ ਹਿੱਟ ਤੋਂ ਹਿੱਟ ਦੇ ਰਹੇ ਹੋ ਬਾਈ, ਲਗਾਤਾਰ ਹਿੱਟ ਦੇਣਾ ਕੋਈ ਖਾਲੀ ਦਾ ਬੜਾ ਨਹੀਂ ਹੁੰਦਾ, ਹਾਂਜੀ, ਤੁਹਾਡਾ ਕੰਮ 'ਚ ਮਤਲਬ ਕਿ ਵਾਕਈ ਤੁਹਾਡੇ ਉਹ ਝਲਕ ਪੈਂਦੀ ਆ, ਤੁਹਾਡੀ ਇੱਕ ਮਿਹਨਤ ਬੋਲਦੀ ਆ, ਦੂਜੀ ਦਾ ਤੁਹਾਡਾ ਕੰਮ ਵੀ ਬੋਲਦਾ, ਹਾਂਜੀ, ਕਿਉਂਕਿ ਮਿਊਜ਼ਿਕ ਨੂੰ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਪਰ ਭਿੰਦੇ ਨੂੰ ਮੈਨੂੰ ਇਹ ਲੱਗਦਾ ਵੀ ਜਿਵੇਂ ਮੈਂ ਓਬਜ਼ਰਵ ਕਰ ਪਾ ਰਿਹਾ ਬਾਈ, ਕੋਈ ਨਾ ਕੋਈ ਅੰਦਰਲੀ ਗੱਲ ਪੱਕਾ ਸੀ ਜਿਹੜੀ ਖਾ ਗਈ, ਜਿਹੜੀ ਆ ਰਹਿ ਗਈ, ਜਿਹਦੇ ਪਿੱਛੇ ਯਾਰ ਥੋੜਾ ਜਿਹਾ ਮੇਰੀ ਨੇਚਰ ਇਹੋ ਜਿਹੀ ਆ ਬ੍ਰਦਰ, ਕੰਮ ਪਰਸਨਲ ਲਾਈਫ ਬਾਰੇ ਮੈਂ ਬਾਈ ਜਾਣਨਾ ਚਾਹੁੰਦਾ ਥੋੜਾ। ਮੈਂ ਆ ਕਿ ਜਦੋਂ ਮੈਂ ਯਾਰੀ ਨਿਭਾਊਂਗਾ ਉਦੋਂ ਵੀ ਮੇਰੀ 100% ਹੀ ਹੁੰਦੀ ਆ, ਕੰਮ ਕਰੂੰਗਾ ਉਦੋਂ ਵੀ 100% ਹੁੰਦਾ, ਜੇ ਕਿ ਉਹਨੂੰ ਪਿਆਰ ਕਰੂੰਗਾ ਨਾ ਉਹ ਵੀ 100% ਹੀ ਹੁੰਦਾ। ਕਿਸੇ ਨੇ ਯਾਰੀ ਨਿਭਾਈ ਨਹੀਂ, ਨਹੀਂ ਯਾਰਾਂ ਦੋਸਤਾਂ ਨਿਭਾਈ ਆ, ਕਈ ਵਾਰੀ ਬੰਦਾ ਕਿਸੇ ਨੂੰ ਪਿਆਰ ਕਰ ਪੈਂਦਾ, ਬਹੁਤ ਜ਼ਿਆਦਾ ਐਕਸਪੈਕਟੇਸ਼ਨ ਹੋ ਜਾਂਦੀਆਂ ਨੇ, ਤੁਹਾਡਾ ਧਿਆਨ ਡਾਇਵਰਟ ਹੋ ਜਾਂਦਾ ਹੈ ਨਾ, ਉਹਦਾ ਕਰਕੇ ਸ਼ਾਇਦ ਥੋੜ੍ਹੇ ਟਾਈਮ ਵਾਸਤੇ ਮੈਂ ਡਾਇਵਰਟ ਹੋਇਆ ਹੋਵਾਂ। ਕੁੜੀ ਵਾਲਾ ਮਸਲਾ ਰਿਹਾ, ਚਲੋ ਬਸ ਇਹੀ ਆ ਕਿ ਉਹ ਜਿੰਨਾ ਚਿਰ ਜਾਣਾ ਪਾਣੀ ਲਿਖਿਆ ਨਾ, ਅਤੇ ਜੋ ਤੱਕ ਜਿਹੜਾ ਇਨਸਾਨ ਸੀਗਾ ਬਹੁਤ ਵਧੀਆ ਸੀ ਮੇਰੀ ਜ਼ਿੰਦਗੀ ਵਿੱਚ, ਬਹੁਤ ਕੁਛ ਸਿੱਖਿਆ ਮੈਂ ਉਹਨਾਂ ਕੋਲ, ਅਤੇ ਉਹ ਜਿੱਥੇ ਵੀ ਆ ਰੱਬ ਨੂੰ ਚੜ੍ਹਦੀ ਕਲਾ 'ਚ ਰੱਖਣ, ਜਿਹੜੇ ਵੀ ਹੈਗੇ ਆ ਜਿਹੜੇ ਨਾਲ ਨਹੀਂ ਵੀ ਹੈਗੇ, ਮੈਂ ਤਾਂ ਇਹੀ ਦੁਆ ਕਰੂੰਗਾ ਹੈ ਨਾ। ਕਈ ਵਾਰ ਲੱਗਦਾ ਜੋ ਆਪਣੀ ਏਜ ਹੁੰਦੀ ਆਪਾਂ ਐਵੇਂ ਇੰਟਰਸਟਿਡ ਹੋਏ ਰਹਿੰਦੇ ਹਾਂ, ਉਹ ਇੱਦਾਂ ਕਰ ਗਿਆ ਉੱਦਾਂ ਕਰ ਗਿਆ, ਕੁਛ ਨਹੀਂ ਹੁੰਦਾ, ਇਹ ਕਰਮਾਂ 'ਚ ਤੁਹਾਡੇ ਲਿਖਿਆ ਹੁੰਦਾ, ਅਤੇ ਰੱਬ ਤੁਹਾਨੂੰ ਪਰ ਨੋਟੀਫਾਈ ਕਰਦਾ ਰਹਿੰਦਾ, ਮੈਸੇਜ ਦਿੰਦਾ ਰਹਿੰਦਾ ਕਿ ਨੋ ਇੱਧਰ ਜਾਓ ਇੱਧਰ ਜਾਓ, ਪਰ ਇਨਸਾਨ ਜਦੋਂ ਵੀ ਇਹਨਾਂ ਨੂੰ ਇਗਨੋਰ ਕਰੂਗਾ ਉਦੋਂ ਇਨਸਾਨ ਭੱਟ ਜਾਂਦਾ ਆਪਣੇ ਟਰੈਕ ਤੋਂ, ਉਦੋਂ ਗਲਤੀ ਕਰ ਪੈਂਦਾ। ਭਿੰਦੇ ਦੀ ਜ਼ਿੰਦਗੀ 'ਚ ਜੇ ਉਹ ਸਮਾਂ ਕੰਟੀਨਿਊ ਨਹੀਂ ਰਹਿ ਪਾਇਆ ਉਹਦਾ ਮਤਲਬ ਧੋਖਾ ਸੀਗਾ, ਮਤਲਬ ਧੋਖਾ ਕਹਿ ਸਕਦੇ ਹਾਂ, ਜਾਂ ਤੁਹਾਡੀ ਜ਼ਿੰਦਗੀ ਵਿੱਚੋਂ ਜਦੋਂ ਪਿਆਰ ਖਤਮ ਹੋ ਜਾਏ ਨਾ, ਕਿਸੇ ਦੀ ਜ਼ਿੰਦਗੀ 'ਚੋਂ ਜਦੋਂ ਕਿਸੇ ਦਾ ਪਿਆਰ ਖਤਮ ਹੋ ਜਾਏ, ਉਹਦੇ ਸਾਰੇ ਐਫਰਟ, ਉਹ ਇਨਸਾਨ ਲੱਕ ਚੀਕਦਾ ਰਹੇ, ਆਪਣਾ ਗਲਾ ਬਿਠਾ ਲਏ ਕਿ ਮੈਂ ਬਹੁਤ ਇਹਨੂੰ ਕਰਦਾ, ਜਦੋਂ ਇਨਸਾਨ ਨੇ ਡਿਸਾਈਡ ਕਰ ਲਿਆ ਕਿ ਨੋ ਹੁਣ ਮੇਰੇ ਵਾਸਤੇ ਹੈ ਨਹੀਂ, ਉਹਦੇ ਲਈ ਜ਼ੀਰੋ ਹੋ ਜਾਂਦਾ, ਉਹਨੂੰ ਧੋਖਾ ਕਹਿ ਲਓ, ਉਹਨੂੰ ਇਗਨੋਰ ਕਰ ਲਓ, ਜਾਂ ਉਹਦੀ ਜ਼ਿੰਦਗੀ 'ਚ ਸ਼ਾਇਦ ਮੇਰੇ ਤੋਂ ਕੋਈ ਚੰਗਾ ਇਨਸਾਨ ਹੋਵੇ, ਮੈਂ ਉਹਦੇ ਉਹ ਸੁਪਨੇ ਪੂਰੇ ਨਾ ਕਰ ਸਕਦਾ ਹੋਵਾਂ, ਸੋ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ, ਆਈ ਟੇਕ ਬਲੇਮ ਮਾਈਸੈਲਫ। ਨਹੀਂ ਬਾਈ ਉਹ ਮੈਨੂੰ ਥੋੜ੍ਹੀ ਵਡਿਆਈ ਲੱਗਦੀ ਆ ਜਦੋਂ ਇਨਸਾਨ ਹਰ ਇੱਕ ਚੀਜ਼ ਨੂੰ ਗਲਤੀ ਆਪਦੀ ਮੰਨ ਲਵੇ ਕਿ ਬਈ ਮੇਰੀ ਹੀ ਗਲਤੀ ਸੀਗੀ। ਹਾਂਜੀ, ਬਟ ਭਿੰਦੇ ਬਾਈ ਸਟਾਰਡਮ ਫੇਮ ਇਹ ਦੁਨੀਆ ਨਾ ਆਪਣੇ ਵੱਲ ਖਿੱਚ ਲੈਂਦੀ ਆ ਬਾਈ, ਐਗਜੈਕਟਲੀ, ਤੁਹਾਡਾ ਇੱਕ ਗਾਣਾ ਚੱਲੇ ਤਾਂ ਹੀ ਤੁਸੀਂ ਇਹ ਦੇਖੋ ਵੀ ਤੁਹਾਡੇ ਤੁਹਾਡਾ ਨਾਮ ਪਛਾਣਨਾ, ਤੁਹਾਡੀ ਆਵਾਜ਼ ਤੁਹਾਡੇ ਗਾਣਿਆਂ ਨਾਲ ਉਹ ਵੀ ਬਣਿਆ, ਪਰ ਤੁਹਾਡੇ ਮਿਊਜ਼ਿਕ ਨਾਲ ਵੀ ਬਣਿਆ। ਹਾਂਜੀ ਹਾਂਜੀ, ਹੈ ਨਾ, ਮੇਰੇ ਖਿਆਲ ਤੋਂ ਮਿਊਜ਼ਿਕ ਨਾਲ ਤੁਹਾਨੂੰ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗੇ। ਓਕੇ, ਮਿਊਜ਼ਿਕ ਨੇ ਹੀ ਮੇਰਾ ਨਾਮ, ਕਿਉਂਕਿ ਮੈਂ ਸਿੰਗਰ ਬਣਨਾ ਚਾਹੁੰਦਾ ਸੀਗਾ, ਪੈਸੇ ਹੈ ਨਹੀਂ ਸੀ, ਮਿਊਜ਼ਿਕ ਡਾਇਰੈਕਟਰ ਬਣ ਗਿਆ, ਹੈ ਨਾ। ਮੈਂ ਤਾਂ ਮਿਊਜ਼ਿਕ ਡਾਇਰ੕ਕਟਰ ਕੋਲ ਕਰਵਾਉਣ ਗਿਆ ਸੀ 500 ਪਾਉਂਡ ਲੈ ਕੇ ਆਪਣਾ ਗਾਣਾ, ਉਹ ਕਹਿੰਦਾ ਨਹੀਂ 2000 ਪਾਉਂਡ ਰੱਖੂ, ਕਹਿੰਦਾ ਉਹ ਤੇਰੀ ਹਟਾਓ, ਪਹਿਲੇ ਮਿਊਜ਼ਿਕ ਸਿੱਖੋ, ਇਹ 'ਚ ਪੈਸੇ ਬਹੁਤ ਹੈ। ਸੋ ਇੱਦਾਂ ਮੈਂ ਉਹ ਬਣ ਗਿਆ, ਵੀਡੀਓ ਡਾਇਰੈਕਟ ਫਿਲਮ ਡਾਇਰੈਕਟਰ ਬਣਿਆ, ਜਿਹੜੇ ਡਾਇਰੈਕਟਰਸ ਹੁੰਦੇ ਨੇ ਜਿਹਨਾਂ ਨੂੰ ਟਰੱਸਟ ਕਰਦੇ ਹੋ ਆਪਣੇ 100% ਜੋਬ ਨਹੀਂ ਕਰਦੇ, ਐਂਡ ਤੁਸੀਂ ਪਰਫੈਕਸ਼ਨ 'ਚ ਕੰਮ ਚਾਹੁੰਦੇ ਹੋ, ਮੈਨੂੰ ਪਰਫੈਕਸ਼ਨ ਮਸਟ ਆ, ਪੈਸਾ ਮੈਨੂੰ ਉਨਾ ਚਾਹੀਦਾ ਜਿੰਨੀ ਜ਼ਿੰਦਗੀ ਮੈਂ ਸਾਹ ਲੈ ਸਕਾਂ, ਮੈਨੂੰ ਛੱਤ ਹੋਵੇ, ਮੈਂ ਉਹ ਕਰ ਸਕਾਂ। ਪ੍ਰਿਓਰਟੀ ਮੇਰੀ ਆ ਕਿ ਅਗਰ ਮੈਂ ਰੱਬ ਨੂੰ ਰੋਜ਼ ਇਕੱਲੇ ਵਿੱਚ ਕਹਿੰਦਾ ਕਿ ਵਾਹਿਗੁਰੂ ਫਿਲਮਾਂ ਕਰਨੀਆਂ ਉਹ ਕਰਨੀਆਂ, ਮੈਨੂੰ ਪਰਫੈਕਸ਼ਨ ਚਾਹੀਦੀ ਆ, ਆਈ ਵਾਂਟ ਟੂ ਬੀ ਪਰਫੈਕਟ, ਮੈਂ ਚਾਹੇ ਪੂਰੀ ਜ਼ਿੰਦਗੀ 'ਚ 4 ਫਿਲਮਾਂ ਹੀ ਕਰਾਂ, ਰੱਬ ਇੰਨੀ ਕੁ ਬਖਸ਼ਿਸ਼ ਕਰੇ ਉਹ 4 ਫਿਲਮਾਂ ਲੋਕ ਮੈਨੂੰ ਪਿਆਰ ਕਰ, ਗਾਣੇ ਮੈਂ ਅੱਜ ਤੱਕ ਜਿੰਨੇ ਕੀਤੇ ਲੋਕਾਂ ਮੈਨੂੰ ਪਿਆਰ ਕੀਤਾ, ਕਿਉਂਕਿ ਮੈਂ ਦਿਲੋਂ ਬਣਾਏ ਨੇ ਗਾਣੇ ਦਿਲੋਂ, ਅਤੇ ਜਿੱਥੇ ਵੀ ਮਾੜਾ ਮਾੜਾ ਧਿਆਨ ਭੱਟ ਗਿਆ ਉਹ ਫਿਰ ਤੁਹਾਡੇ ਸਾਹਮਣੇ ਉਹ ਗੈਪ ਹੀ ਪੈਂਦੇ ਆ ਫਿਰ। ਬਈ ਮੈਂ ਨਾ ਹੋਰ ਥੋੜ੍ਹਾ ਜਿਹਾ ਗੱਲਾਂ ਹੋਰ ਜਾਣੇ ਜਾਣਾ ਤੁਹਾਡੀ ਜ਼ਿੰਦਗੀ ਦੇ ਬਾਰੇ। ਹਾਂਜੀ, ਜ਼ਿੰਦਗੀ 'ਚ ਨਾ ਚਲੋ ਸਮਾਂ ਤਾਂ ਬੀਤ ਗਿਆ, ਪਰ ਮੈਂ ਚਾਹੁੰਦਾ ਹਾਂ ਕਿ ਜੇ ਤੁਸੀਂ ਅੱਜ ਵਾਪਸ ਆਏ ਹੋ ਨਾ ਤਾਂ ਪੁਰਾਣੇ ਸਮੇਂ ਨੂੰ ਮੈਂ ਸੁਣਨਾ ਚਾਹੁੰਦਾ ਵੀ ਕੀ ਦਿੱਕਤਾਂ ਆਈਆਂ, ਕੀ ਭਿੰਦੇ ਨੇ ਦੇਖਿਆ, ਭਿੰਦਾ ਕਿੰਨਾ ਰੋਇਆ, ਭਿੰਦੇ ਨੂੰ ਜ਼ਿੰਦਗੀ 'ਚ ਉਹਦੀ ਇਹੋ ਜਿਹਾ ਕੀ ਹੋਇਆ, ਕਿਹੜੇ ਧੱਕੇ ਉਹਨੇ ਖਾਧੇ। ਹਾਂਜੀ,
ਬੇਸ਼ੱਕ ਕਿਉਂਕਿ ਨਾ ਇਨਸਾਨ ਬਹੁਤ ਸਾਰੀ ਗਲਤੀਆਂ ਕਰਦਾ, ਤੁਸੀਂ ਗਲਤੀਆਂ ਨੂੰ ਮੰਨਿਆ, ਇਸ ਤੋਂ ਵੱਡਾ ਹੈ ਨਾ ਕੁਝ ਹੋ ਨਹੀਂ ਸਕਦਾ, ਬਟ ਮੈਂ ਜਾਣਨਾ ਚਾਹੁੰਦਾ ਬਈ ਇੱਕ ਤਾਂ ਪਿਆਰ ਵੱਲੋਂ ਹੋ ਗਿਆ ਵੀ ਹੈ ਨਾ ਵੀ ਚਲੋ ਉਹ ਸਭ ਤੋਂ ਵੱਡਾ ਤੁਹਾਡਾ ਬ੍ਰੇਕ ਪੁਆਇੰਟ ਸੀਗਾ ਜਿੱਥੇ ਯਾਰ ਕੰਮ ਵੀ ਖਰਾਬ ਹੋ ਗਿਆ ਉਹ ਪਿਆਰ ਵੀ ਨਹੀਂ ਮਿਲਿਆ, ਕਿਉਂਕਿ ਤੁਸੀਂ ਜਦ ਇੰਨੇ ਸਾਲ ਕੱਢੇ ਹੁੰਦੇ ਆ 19 ਸਾਲ ਤੁਹਾਨੂੰ ਲੱਗਦੇ ਵੀ ਆ ਕਿਸੇ ਨੂੰ ਭੁਲਾਉਣ ਲਈ, ਹੈ ਨਾ ਸਾਰੇ ਕਹਿ ਦਿੰਦੇ ਕੋਈ ਕੁੱਟ ਮਰ ਚੱਲਾਂ ਕਿਤੇ ਹੁੰਦਾ, ਲੇਕਿਨ ਉਹੀ ਇਨਸਾਨ ਨੂੰ ਪਤਾ ਹੁੰਦਾ ਅਤੇ ਬੀਤਦੀ ਆ ਸਾਰੇ ਲਈ ਹਾਸਾ ਹੁੰਦਾ, ਜੋ ਹੁਣ ਮੰਨ ਲਓ ਕਿ ਮੈਂ ਹੁਣ ਹੋਣਾ ਮੈਂ ਆਪਾਂ ਫਾਈਨ ਟੋਟਲੀ, ਹੁਣ ਜੇ ਮੇਰਾ ਕੋਈ ਯਾਰ ਦੋਸਤ ਕਵੇ ਯਾਰ ਮੈਂ ਬਹੁਤ ਮੈਂ ਮਰ ਜਾਣਾ ਮੈਂ ਹਾਸਾ ਹੁੰਦਾ ਤੇਰੇ 'ਤੇ, ਬਿਕੋਜ਼ ਉਸ ਟਾਈਮ ਨਹੀਂ ਪਤਾ ਲੱਗਦਾ, ਉਸ ਟਾਈਮ ਵੀ ਜਿਹੜੇ ਮੇਰੇ ਫਰੈਂਡ ਸੀਗੇ ਆਲੇ ਦੁਆਲੇ ਜਿਹੜੇ ਵੈਲ ਕਰ ਰਹੇ ਸੀ ਉਹਨਾਂ ਨੂੰ ਮੈਂ ਇੱਕ ਜੋਕ ਲੱਗਦਾ, ਹੁਣ ਵੀ ਜੋਕ ਸਮਝਣਗੇ ਸਾਲਾ ਪਿਆਰ ਦਾ, ਹੈ ਨਾ ਵੱਡਾ ਆਸ਼ਕ, ਲੇਕਿਨ ਉਹ ਸਮਾਂ ਹੀ ਇਹੋ ਜਿਹਾ ਬਣ ਜਾਂਦਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਤੁਹਾਡੀ ਮਸਤੀ ਵੱਜ ਜਾਂਦੀ ਆ। ਹੁਣ ਜਿਹੜਾ ਬੰਦਾ ਪੀਤੇ ਹੋਵੇ ਜਦ ਕੋਈ 10 ਆਪਸ਼ਨ ਆ, ਹੁਣ ਇੱਕ ਆਪਸ਼ਨ ਕਿਉਂ ਚੂਜ਼ ਕਰੂਗਾ ਐਗਜ਼ਾਮਪਲ, ਹੈ ਨਾ, ਲੇਕਿਨ ਉਹ ਮਸਤ ਵੱਜ ਜਾਂਦੀ ਹੈ ਬੰਦੇ। ਮੈਂ ਨਾ ਬਹੁਤ ਸਾਰੀ ਬਾਈ ਐਗਜ਼ਾਮਪਲ ਦੇਖਦਾ ਇਸ ਦੁਨੀਆ 'ਤੇ, ਫਿਲਮਾਂ 'ਚ ਵੀ ਦੇਖਦੇ ਹਾਂ ਕੁਛ, ਉਹਨਾਂ ਫਿਲਮਾਂ 'ਚੋਂ ਰੀਅਲ ਐਗਜ਼ਾਮਪਲਸ ਵੀ ਵਾਪਰਦੀਆਂ ਲੋਕਾਂ ਦੇ ਬੀਤੀ ਹਾਲਾਤ 'ਤੇ, ਕਿ ਲੋਕ ਜਦੋਂ ਇਹ ਇੱਕ ਕੁੜੀ ਵੱਲੋਂ ਜਦੋਂ ਇਨਸਾਨ ਨੂੰ ਧੋਖਾ ਮਿਲਿਆ, ਪਿਆਰ ਜਦੋਂ ਨਹੀਂ ਥੋੜ੍ਹਾ ਕੰਮ ਚੜ੍ਹਦਾ, ਉਸ ਤੋਂ ਬਾਅਦ ਵੀ ਪੁੱਠੇ ਕੰਮਾਂ 'ਚ ਪੈ ਜਾਂਦੇ, ਬੰਦਾ ਨਸ਼ੇ ਕਰਨ ਲੱਗ ਜਾਂਦਾ, ਬੰਦਾ ਕੋਈ ਹੋਰ ਕੰਮ ਕਰਨ ਲੱਗ ਜਾਂਦਾ, ਬੰਦਾ ਕਹਿੰਦਾ ਕਿ ਬਈ ਨਹੀਂ ਮੈਂ ਆਪਣਾ ਕੰਮ ਨਹੀਂ ਕਰਨਾ, ਬਸ ਹੁਣ ਮੈਂ ਪੁੱਠੇ ਕੰਮ ਹੀ ਕਰਨੇ ਆ। ਤਾਂ ਭਿੰਦੇ ਨੇ ਉਹ ਜਿਹੜਾ ਸਮਾਂ ਸੀਗਾ ਉਹਨੇ ਕਿਵੇਂ ਵਧਾਇਆ, ਨਸ਼ਿਆਂ ਵੱਲ ਵੀ ਪਏ ਸੀਗੇ ਤੁਸੀਂ ਜਾਂ ਕਿਹੜਾ ਕਿਹੜਾ ਪਏ? ਉਹ ਹੁੰਦਾ ਨਾ, ਅਗਰ ਮੈਂ ਸੱਚ ਦੱਸਾਂ, ਪਹਿਲੀ ਗੱਲ ਤਾਂ ਮੈਂ ਕਿਸੇ ਵੀ ਕੁੜੀ ਜਾਂ ਕਿਸੇ ਮੁੰਡੇ ਨੂੰ ਬਲੇਮ ਹੀ ਨਹੀਂ ਕਰੂੰਗਾ, ਹੈ ਨਾ। ਇੱਕ ਟਾਈਮ ਹੁੰਦਾ ਜਿੱਥੋਂ ਪਿਆਰ ਮੁੱਕ ਗਿਆ, ਫਿਰ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਕਿ ਉਹ ਨੂੰ ਖਰੋਚੀ ਜਾਓ, ਉਹ ਟਾਈਮ ਯਾਦ ਕਰੋ ਜੋ ਵਧੀਆ ਸੀ, ਹੈ ਨਾ। ਇਹ ਕੁਛ ਥੋੜ੍ਹੇ ਸਮੇਂ ਤੋਂ ਮੈਂ ਡਿਸਾਈਡ ਕੀਤਾ, ਮੈਂ ਜੋ ਸਵੇਰ ਨੂੰ ਉੱਠਦਾ ਮੈਂ ਇਸ ਕਹਿੰਦਾ ਕਿ ਹੇ ਵਾਹਿਗੁਰੂ ਅੱਜ ਪੂਰਾ ਦਿਨ ਮੈਨੂੰ ਬਖਸ਼ੇ ਦੇ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਮੈਂ ਕੰਮ ਕਰਨਾ। ਉਹ ਸਮਾਂ ਸੀ ਕਿ ਬੰਦਾ ਥੋੜ੍ਹਾ ਚਿਰ ਮਵੀ ਹੋਇਆ, ਓਬਵੀਅਸ ਆ ਕਿ ਮੈਨੂੰ ਹੁਣ ਦੱਸ ਕਰਕੇ ਮੈਂ ਫਰੈਂਡਾਂ ਦਾ ਕਿੰਨਾ ਕੁ ਸਿਰ ਖਾਵਾਂ ਯਾਰ, ਥੱਕ ਗਏ ਨੇ ਵਿਚਾਰੇ ਉਹ ਦਿਨ ਰਾਤ ਮੇਰਾ ਫੋਨ ਲੈ ਕੇ ਬੈਠੇ ਰਹਿੰਦੇ ਸੀ, ਉਹੀ ਜਾਣਦੇ ਆ। ਮੈਂ ਲਿਆ ਫਰ ਮੇਰੀ ਮਾਤਾ, ਉਹ ਤਾਂ ਸਾਹਮਣੇ ਹੁੰਦੀ ਸੀ ਨਾ, ਮੈਂ ਦੇਖਣਾ ਯਾਰ ਮਾਤਾ ਵਿਚਾਰੀ ਰੋ ਰਹੀ ਆ ਯਾਰ, ਹੈ ਨਾ, ਵੀ ਨਿਕਲ ਨਹੀਂ ਸੀ ਹੋ ਰਿਹਾ, ਨਿਕਲ ਹੀ ਨਹੀਂ ਸੀ ਹੋ ਰਿਹਾ, ਹੈ ਨਾ। ਦੈਨ ਫਿਰ ਰੀਜ਼ਨ ਹੁੰਦਾ ਕਿ ਕੋਈ ਧੋਖਾ ਕਰ ਜੇ, ਬਾਹਰਲਾ ਕਰ ਜੇ, ਲੇਕਿਨ ਕੋਈ ਯਾਰ ਮਾਰ ਕਰੇ ਉਹ ਨਹੀਂ ਬਰਦਾਸ਼ਤ ਹੁੰਦੀ। ਧੋਖਾ ਬਗਾਨਾ ਕਰ ਜੇ, ਕੱਲੂ ਕੋਈ ਬੰਦਾ ਜਾਣਦਾ ਹੀ ਨਹੀਂ ਸੀ, ਹੁਣ ਤੁਸੀਂ ਯਾਰ ਦੋਸਤ ਹੀ ਉਹ ਧੋਖਾ ਕਰ ਜਾਓਗੇ, ਫਿਰ ਜਿਹੜੇ ਯਾਰ ਦੋਸਤ ਤੁਸੀਂ ਜਾ ਕੇ ਦੁੱਖ ਰੋਣੇ ਆ ਉਹ ਹੀ ਤੁਹਾਡੇ ਨਾਲ ਚੀਟ ਕਰ ਗਿਆ, ਵੀਰੂ ਕਹਿੰਦੇ ਕੋ, ਹੈ ਨਾ। ਸੋ ਉਹ ਹੁੰਦੀ ਆ ਕਿ ਉਹਨਾਂ ਨੂੰ ਵੀ, ਹੁਣ ਮੈਂ ਕਹਿਣਾ ਚਾਹੁੰਦਾ ਕਿ ਯਾਰ ਰੱਬ ਤੋਂ ਦੁਆ ਮੰਗਿਆ ਕਰੋ, ਹੈ ਨਾ, ਵੀ ਰੱਬ ਨੂੰ ਇਹ ਕਿਹਾ ਕਰੋ ਕਿ ਯਾਰ ਸਮੱਤ ਦੇਵੇ ਬਸ। ਸੋ ਮੈਂ ਉਸ 'ਚੋਂ ਬੜਾ ਔਖਾ ਨਿਕਲਿਆ, ਫਿਰ ਜੋ ਮੈਂ ਡਿਸਾਈਡ ਕੀਤਾ ਕਿ ਯਾਰ ਦਾਰੂ ਤਾਂ ਕੰਮ ਹੀ ਨਹੀਂ ਕਰ ਰਹੀ, ਮੈਂ ਬਾਹਰ ਹੀ ਨਹੀਂ ਆ ਰਿਹਾ। ਦੈਨ ਆਈ ਡਿਸਾਈਡ ਕਿ ਕਿਹੜੀ ਚੀਜ਼ ਮੈਨੂੰ ਬਚਾ ਸਕਦੀ ਸੀ, ਉਹ ਸੀ ਮੇਰਾ ਮਿਊਜ਼ਿਕ। ਦੈਨ ਆ ਸਟਾਰਟ ਮਿਊਜ਼ਿਕ ਐਂਡ ਦੈਨ ਆ ਡਿਸਾਈਡ ਕਿ ਮੈਂ ਫਿਲਮਾਂ ਕਰ ਰਹੀ ਹਾਂ, ਮੈਂ ਕੈਨੇਡਾ ਦੇ ਵਿੱਚ ਸਿੱਖਣਾ ਸ਼ੁਰੂ ਕੀਤਾ। ਮੈਂ ਇੱਦਾਂ ਨਹੀਂ, ਮੈਂ ਕੋਈ ਵੀ ਕੰਮ ਕਰਦਾ ਮੈਂ ਐਵੇਂ ਨਹੀਂ ਕਿ ਮੂੰਹ ਚੱਕ ਕੇ ਆ ਗਿਆ ਛਾਲ ਮਾਰ ਕੇ ਮੈਂ ਕਰਨਾ, ਨੋ। ਫਿਲਮ ਵੀ ਕੀਤੀ ਮੈਂ, ਸਰਚ ਕੀਤੀ, ਹੁਣ ਡਿਜ਼ਾਈਨਰ ਮੂਵੀ ਆ ਰਹੀ ਆ, ਮੈਂ ਸਰਚ ਕਰਕੇ ਕੀਤੀ, ਹੈ ਨਾ। ਸੋ ਉਸ ਸਮੇਂ 'ਚੋਂ ਨਿਕਲ ਲਈ ਨਾ, ਹਾਰਡ ਹੁੰਦਾ ਵੀਰੋ, ਪੈਣਾ ਬਹੁਤ ਈਜ਼ੀ ਆ ਇਹ ਚੱਕਰ ਵਿਊ 'ਚ, ਜੇ ਉਹ ਨਿਭ ਜੇ ਉਹਦੇ ਨਾਲ ਦੀ ਰੀਸ ਨਹੀਂ, ਅਗਰ ਵਿੱਚ ਟੁੱਟ ਜੇ ਤਾਂ ਹਾਰਡ ਹੁੰਦਾ, ਬਹੁਤ ਜ਼ਿਆਦਾ ਹਾਰਡ ਹੁੰਦਾ। ਪੈਸਾ ਵੀ ਲਾਇਆ? ਪੈਸਾ ਤਾਂ ਬੰਦਾ ਮੈਟਰ ਨਹੀਂ ਕਰਦਾ, ਮੇਰੀ ਨੇਚਰ ਹੀ ਆ ਕਿ ਜਿੱਥੇ ਪਿਆਰ ਆ ਉੱਥੇ ਪੈਸਾ ਕੀ ਆ, ਪੈਸਾ ਸੈਕੰਡਰੀ ਹੈ, ਅਤੇ ਸੁੱਖ ਆ ਸਹੀ ਸੁੱਖ ਅਤੇ ਜ਼ਿੰਦਗੀ ਦਾ ਸਕੂਨ ਆ, ਜਿਹੜੇ ਜਿਹਦੇ ਬਾਹਾਂ 'ਚ ਜਾ ਕੇ ਤੁਹਾਨੂੰ ਸਕੂਨ ਮਿਲਿਆ ਉਹ ਤੋਂ ਵੱਡੀ ਰਿਚਨੈਸ ਹੀ ਨਹੀਂ, ਪੈਸਾ ਤਾਂ ਸੈਕੰਡਰੀ ਚੀਜ਼ ਆ। ਕਿਉਂਕਿ ਅਸੀਂ ਦੇਖਦੇ ਹੁੰਦੇ ਹਾਂ ਨਾ ਕਿ ਜੇ ਕੁੜੀ ਪਤਾ ਨਹੀਂ ਕਿਉਂ ਬਾਈ ਹੈ ਨਾ, ਕਹਾਵਤ ਬਣੀ ਹੋਈ ਆ, ਜੇ ਤੁਸੀਂ ਅੱਜ ਟਾਈਮ 'ਚ ਸਟਾਰ ਹੋ ਨਾ, ਤੁਹਾਡੀ ਜ਼ਿੰਦਗੀ 'ਚ ਕੁੜੀ ਹੈਗੀ ਆ, ਤੁਹਾਡੀ ਸਹੇਲੀ ਹੋਵੇ, ਤੁਹਾਡਾ ਪਾਰਟਨਰ ਹੋਵੇ, ਤੁਹਾਡੀ ਜ਼ਿੰਦਗੀ 'ਚ ਹੈਗਾ ਨਾ, ਅਤੇ ਜੇ ਉਹ ਛੱਡ ਜਾਵੇ ਨਾ, ਤੁਸੀਂ ਜੇ ਸਟਾਰ ਹੋ, ਤੁਹਾਡੇ ਕੋਲ ਅੰਨਾ ਪੈਸਾ ਹੁੰਦਾ, ਤੁਸੀਂ ਜੇ ਬਹੁਤੇ ਅਮੀਰ ਇਨਸਾਨ ਹੋ, ਤੁਹਾਡੇ ਕੋਲ ਅੰਨਾ ਪੈਸਾ ਹੁੰਦਾ, ਤੁਸੀਂ ਉਹ ਪੈਸਾ ਲਾਉਂਦੇ ਵੀ ਹੋ, ਖੋਰੇ ਕੀ ਪਤਾ ਉਹ ਕੁੜੀ ਦੀ ਸੋਚ ਕੀ ਆ,
ਉਹ ਪੈਸੇ ਨੂੰ ਖਾਣਾ ਆ ਜਾਂ ਉਹ ਤੁਹਾਡੇ ਫੇਮ ਨੂੰ ਬਰਬਾਦ ਕਰਨਾ ਜਾਂ ਉਹ ਕੀ ਸੀਗਾ? ਤਾਂ ਭਿੰਦੇ ਨੇ ਕੀ ਕੀ ਚੀਜ਼ਾਂ ਇਨਵੈਸਟ ਕੀਤੀਆਂ ਉਸ ਉਸ ਸਮੇਂ 'ਤੇ ਉਸ ਉਸ ਇਨਸਾਨ 'ਤੇ ਜਿਹਨੂੰ ਭਿੰਦੇ ਨੇ ਸਭ ਤੋਂ ਵੱਧ ਪਿਆਰ ਕੀਤਾ? ਮੈਨੂੰ ਮੈਨੂੰ ਹੁੰਦਾ ਸੀਗਾ ਕਿ ਜਿਹੜੇ ਇਨਸਾਨ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਕਰਦਾ ਸੀ, ਹੈ ਨਾ, ਮੈਨੂੰ ਹੁੰਦਾ ਕਿ ਯਾਰ ਇਹਦੇ ਚਿਹਰੇ 'ਤੇ ਸਮਾਈਲ ਲੈਣੀ ਚਾਹੀਦੀ ਆ, ਆਈ ਡੋਂਟ ਕੇਅਰ, ਇਹ ਇਹ ਖੁਸ਼ ਆ। ਲੇਕਿਨ ਉਸ ਇਨਸਾਨ ਨੂੰ ਸਮਝ ਕਿਉਂ ਨਹੀਂ ਹੁੰਦੀ ਉਹਨਾਂ ਇਨਸਾਨਾਂ ਨੂੰ ਕਿ ਉਹ ਅੰਡਰਸਟੈਂਡ ਹੀ ਨਹੀਂ ਕਰਦੇ, ਉਹਨਾਂ ਲੱਗਦਾ ਕਿ ਇਹਦੇ ਪਿੱਛੇ ਦਾ ਕੋਈ ਮਕਸਦ ਆ। ਉਹ ਸਾਰਾ ਮਿੱਟੀ ਪੋਚ ਦਿੰਦੇ ਨੇ ਕਿ ਇੰਨੇ ਸਾਲ ਕੱਢੇ ਆ, ਜੇ ਇਸ ਇਨਸਾਨ ਨੇ ਉਹਨਾਂ ਸਾਲਾਂ 'ਚ ਬੁਰਾ ਨਹੀਂ ਕੀਤਾ ਤਾਂ ਹੁਣ ਕੀ ਬੁਰਾ ਕਰੂਗਾ? ਜਿਹੜਾ ਇਨਸਾਨ ਤੁਹਾਡੀ ਜ਼ਿੰਦਗੀ 'ਚ ਹੁਣ ਆਇਆ, ਜਿਹੜਾ ਤੁਹਾਡਾ ਬ੍ਰੇਨ ਵਾਸ਼ ਕਰ ਰਿਹਾ, ਅੱਖਾਂ ਖੋਲੋ, ਇਸ ਨਥਿੰਗ, ਉੱਥੇ ਕੁਛ ਨਹੀਂ ਹੋਣਾ। ਜਿਹੜਾ ਇਨਸਾਨ ਨੇ ਸਾਰਾ ਕੁਛ ਛੱਡਤਾ, ਇਹਨਾਂ ਕੁਛ ਛੱਡਤਾ, ਉਹਨਾਂ ਸਾਰ ਕਰਕੇ ਤੁਹਾਡਾ ਮਾੜਾ ਨਹੀਂ ਕਰੂਗਾ। ਇਹਨੇ ਮਾੜਾ ਕਰਨਾ ਉਹਨੇ ਪਹਿਲੇ ਕਰਨਾ, ਤਾਂ ਬਾਅਦ 'ਚ ਕਰ ਜਾਣਾ, ਜੇ ਨਹੀਂ ਕਰਨਾ ਉਹਨੇ ਕਦੇ ਨਹੀਂ ਕਰਨਾ। ਲੇਕਿਨ ਉਦੋਂ ਯੈਸ, ਜਦੋਂ ਤੁਸੀਂ ਆਪਣਾ ਕਰੀਅਰ ਛੱਡ ਕੇ ਕਿਸੇ ਲਈ ਕਰਦੇ ਹੋ, ਓਬਵੀਅਸ ਤੁਹਾਡਾ ਆਪਣਾ ਨੁਕਸਾਨ ਤਾਂ ਹੋਊਗਾ ਹੀ, ਲੇਕਿਨ ਉਹ 'ਚ ਇਹ ਦੇਖਿਆ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਆਪਾਂ ਆਪਣੇ ਸੁਪਨੇ ਕਿਸੇ 'ਚ ਦੇਖ ਲੈਂਦੇ ਹਾਂ। ਫਿਰ ਜੋ ਆਪਣੇ ਕਿਸੇ ਦੇਖੇ ਹੁੰਦੇ ਉਹ ਟੁੱਟਦੇ ਨੇ, ਫਿਰ ਬੰਦਾ ਕਹਿੰਦਾ ਟਾਈਮ 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 ਦੀ ਕਦਰ ਕਰਨੀ ਬਹੁਤ ਜ਼ਰੂਰੀ ਆ। ਸਭ ਕੁਛ ਕਰੋ ਲੇਕਿਨ ਬੈਲੈਂਸ ਰੱਖੋ, ਪਿਆਰ ਕੰਮ ਬੈਲੈਂਸ, ਪ੍ਰਿਓਰਟੀ ਜਿਹੜੀ ਚੀਜ਼ ਲਈ ਤੁਸੀਂ ਜੁੜੇ ਹੋ, ਕੰਮ ਤੁਹਾਡਾ, ਕੰਮ ਹੋਊਗਾ, ਪੈਸਾ ਥੋੜ੍ਹਾ ਬਹੁਤਾ ਹੋਊਗਾ, ਤੁਸੀਂ ਤਾਂ ਹੀ ਕੁਛ ਰੱਖਦੇ। ਬਹੁਤ ਘੱਟ ਨੇ ਜਿਹੜੀਆਂ ਅੱਜ ਕੱਲ੍ਹ ਲੂਣਾ ਵੀ ਰੋਟੀ ਦੇ ਦਿਓਗੇ ਤਾਂ ਉਹ ਖਾ ਲੈਣਗੀਆਂ। ਉਹੋ ਜਿਹੇ ਉਹੋ ਦੀ ਲਾਈਫ, ਅਗਰ ਮੈਂ ਵੀ ਕੋਈ ਮਿਸਟੇਕ ਕੀਤੀ, ਅਗਰ ਉਹੋ ਜਿਹਾ ਤੁਹਾਡਾ ਕੋਈ ਵੀ ਪਾਰਟਨਰ ਆ, ਚਾਹੇ ਕੁੜੀ ਆ ਚਾਹੇ ਮੁੰਡਾ ਆ, ਆ ਦੁਨੀਆ ਦੀ ਚਮਕ ਆ, ਸੋਹਣੇ ਚਿਹਰੇ ਆ, ਫਲਾਨਾ, ਇਹ ਜਸਟ ਟੈਂਪਰੇਰੀ ਆ, ਰੂਹਾਨੀ ਪਿਆਰ ਹਮੇਸ਼ਾ ਰਹਿਣਾ ਆ। ਉਹ ਉਹਨੂੰ ਪਰਖੋ, ਉਹਨੂੰ ਸਮਝੋ, ਉਹ ਰੱਖੋ, ਉਹਨੂੰ ਨਾ ਗਵਾਓ, ਅਤੇ ਜਿੱਦਣ ਉਹ ਵਾਪਸ ਆ ਗਏ ਤੁਸੀਂ ਫੇਸ ਰੋਕੜ ਵਾਂਗੂ ਚਮਕ ਜਾਣਾ। ਤੁਹਾਡੇ ਕੋਈ ਨਹੀਂ ਪਤਾ ਤੁਹਾਡੀ ਕਿਸਮਤ ਉਦੋਂ ਲੂਣ 'ਚ ਤੁਹਾਡੇ ਤੋਂ ਥੋੜ੍ਹੀ ਰੋਟੀ ਥੋੜ੍ਹੀ ਰੈਸਟੋਰੈਂਟ ਵਾਲੀ ਹੋ ਜਾਵੇ। ਐਗਜੈਕਟਲੀ, ਹੋਣਾ ਕਿ ਹੁਣ ਪਿਛਲੇ 2 ਸਾਲ ਤੋਂ ਮੇਰੀ ਗਰਲਫ੍ਰੈਂਡ ਵੀ ਮੇਰਾ ਕੰਮ ਆ, ਮੇਰਾ ਕੰਮ ਵੀ ਕੰਮ ਆ, ਮੇਰਾ ਸਾਰਾ ਕੁਛ, ਮੇਰਾ ਸਕੂਨ ਮੇਰਾ ਕੰਮ ਆ। ਉਹ ਜੋ ਤੁਸੀਂ ਉਹ ਤੋਂ ਮੰਗਦੇ ਆ, ਇਸ ਯੂਨੀਵਰਸ ਤੋਂ ਮਿਲ ਜਾਂਦਾ ਤੁਹਾਨੂੰ। ਹੁਣ ਕੋਈ ਵੱਡਾ ਆਰਟਿਸਟ ਆਪਣਾ ਗਾਣਾ ਨਹੀਂ ਦਿੰਦਾ? ਬ੍ਰੋ, ਮੈਂ ਹੁਣ ਤੁਹਾਡੀ ਇੰਟਰਵਿਊ ਥੈਂਕ ਯੂ ਕਰਨਾ ਚਾਹੁੰਦਾ ਜੈਜ਼ੀ ਭਾਈ ਦਾ। ਮੇਰੀ ਅਲਜ਼ਾਈਮਰ ਮੂਵੀ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਮੇਰੇ ਸਾਹਿਬ ਕੰਮ ਕਰਦਾ ਸੀ, ਕਿ ਮੈਨੂੰ ਮੇਰੇ ਕੰਮ 'ਤੇ ਇੰਟਰਸਟ ਹੈਗਾ ਸਾਰਿਆਂ ਨੂੰ, ਕਿ ਜਿੱਦੀ ਹੁਣ ਵੀ ਲੋਕ ਕਹਿਣਗੇ ਕਿ ਪਿੰਡਾ ਹੁਣ ਵੀ ਗਾਣਾ ਹਿੱਟ ਕਰ ਸਕਦਾ, ਮੈਂ ਜੈਜ਼ੀ ਭਾਈ ਨੂੰ ਕਿਹਾ, ਮੈਂ ਕਿਹਾ ਭਾਅ ਜੀ ਮੈਂ ਫਿਲਮ ਕਰਨ ਜਾ ਰਿਹਾ, ਮੈਨੂੰ ਗਾਣਾ ਚਾਹੀਦਾ। ਭਾਅ ਜੀ ਨੇ ਇੱਕ ਵਾਰੀ ਨਹੀਂ ਪੁੱਛਿਆ ਕਿ ਨਹੀਂ, ਕਿੱਦਾਂ ਗਾਣਾ ਸੁਣਾ, ਮੈਂ ਗਾਣਾ ਸੁਣਾਇਆ ਗਾਣਾ ਕਰਕੇ। ਫਿਰ ਮੈਨੂੰ ਕਿਹਾ ਭਾਅ ਜੀ ਯਾਰ ਖਰੇ ਵੀਡੀਓ ਕਰਨੀ ਕਿ ਨਹੀਂ, ਮੈਂ ਕਿਹਾ ਭਾਅ ਜੀ ਵੀਡੀਓ ਵੀ ਕਰਨੀ ਕਿ ਕਿੱਥੇ ਕਰਨੀ ਆ, ਆਪਣੀ ਗੱਡੀ 'ਚ ਆਏ, ਆਪਣੇ ਕੱਪੜੇ ਲੈ ਕੇ ਆਏ, ਇੱਕ ਕੌਫੀ ਦਾ ਕੱਪ ਪੀ ਕੇ ਚੱਲ ਗਏ। ਮਤਲਬ ਲੈਜੈਂਡ ਜਿਹੜੇ ਹੁੰਦੇ ਨੇ, ਜਿਹਨਾਂ ਅਮੀਰ ਬੰਦਾ ਕੌਣ ਹੁੰਦਾ ਜਿਹਦੇ ਜਿਹਦੀ ਜੇਬ 'ਚ 100 ਰੁਪਈਆ ਵੀ ਆ ਨਾ, ਉਹ ਕਹੇ ਕੋਈ ਗੱਲ ਨਹੀਂ, ਜਦੋਂ ਤੱਕ 100 ਹੈਗਾ ਖੜ੍ਹੇ ਆ, ਉਹ ਅਮੀਰ ਆ। ਜਦ ਕੋ ਬਹੁਤ ਨੇ, ਉਹ ਤਾਂ ਹੈਗੇ ਹੀ ਨੇ। ਹੁਣ ਜੈਜ਼ੀ ਭਾਈ ਨੂੰ ਕਮੀ ਹੈ ਪੈਂਦੇ, ਉਸ ਵੇਲੇ 10 ਖੜ੍ਹੇ ਕਰਦੇ ਉਹ, ਅਗਰ ਉਹ ਜਿਹਨੂੰ ਮਰਜ਼ੀ ਪੈਸੇ ਦੇ ਕੇ ਹਰ ਕਰ ਸਕਦੇ ਨੇ, ਭਾਅ ਜੀ ਨੇ ਕਿੰਨਾ ਪੈਸਾ ਕਮਾਇਆ। ਲੇਕਿਨ ਟੈਲ ਚਾਹੀਦਾ। ਅੱਜ ਕੱਲ੍ਹ ਇੰਡਸਟਰੀ 'ਚ ਕੀ ਹੁੰਦਾ, ਉਹਨਾਂ ਨੂੰ ਪ੍ਰੋਬਲਮ ਇਹ ਨਹੀਂ ਹੁੰਦੀ, ਕਹਿੰਦਾ ਗਾਣਾ ਇਹਨੂੰ ਗਾਣਾ ਦੇ ਦੇ, ਉਹਨੂੰ ਇਹ ਹੁੰਦੀ ਕਿ ਜੇ ਚੱਲ ਗਿਆ ਬੈਨੀਫਿਟ ਇਹਨੂੰ ਕਿਉਂ ਜਾਵੇ। ਯਾਰੀ 'ਚ ਬਿਜ਼ਨਸ ਇੱਕ ਹੁੰਦੀ ਇਕੱਲੀ ਯਾਰੀ, ਹੈ ਨਾ। ਸੋ ਮੈਂ ਤਾਂ ਬ੍ਰੋ, ਮੈਂ ਜੇ ਮੈਂ ਆ ਜਾਂਦੀ ਆ, ਮੈਨੂੰ ਕਿੰਨਿਆਂ ਨੇ ਰੱਬ ਨੇ, ਮੈਂ ਕਿੰਨੇ ਆਰਟਿਸਟ ਨੇ ਨਾ, ਮੈਨੂੰ ਅਗਰ ਨਹੀਂ ਵੀ ਪੁੱਛੋਗੇ ਤਾਂ ਗੂਗਲ 'ਤੇ ਵੀ ਸਰਚ ਮਾਰੋਗੇ ਨਾ, ਮੈਂ ਕਿੰਨੇ ਗਾਣੇ ਇੱਦਾਂ ਕਰਦੇ, ਮੈਂ ਦੇਖਦਾ ਹੁੰਦਾ ਕਿ ਯਾਰ ਵਾਕੇ ਹੈਗਾ ਰਾਈਟਰ। ਈਵਨ ਰਾਈਟਰ ਵੀ ਕਈ ਨੇ ਕਹਿਣਾ ਕਿ ਲਾਈਕ ਯਾਰ ਭਾਜੀ ਕਰਨਾ, ਮੈਂ ਕਹਿੰਦਾ ਸੁਣ ਤਾਂ ਲਵਾਂ, ਕਈ ਇਹੋ ਜਿਹੇ ਸੀ, ਮੈਂ ਕਹਿੰਦਾ ਚੱਲੂ ਚੱਲੂਗਾ, ਉਹ ਚੱਲੇ ਨੇ ਗਾਣੇ, ਹੈ ਨਾ। ਸਹੀ ਹੈ, ਸ਼ਹਿਰ ਚੰਡੀਗੜ੍ਹ ਦੇ ਕੋਲ ਪੈਟੀ ਭੁੱਲਰ, ਕਿੰਨੇ ਹੋ ਰਹੇ ਨੇ, ਹੈ ਨਾ। ਸੋ ਨਵੇਂ ਆਰਟਿਸਟ ਉਹਨਾਂ ਮੇਰੇ ਤੱਕ ਇੰਟਰਸਟ ਲੈ ਕੇ ਆਉਂਦੇ ਸੀਗਾ ਵੀ ਜੇ ਪਿੰਦਾਜ਼ਲਾ ਕਰੂਗਾ ਜਾਂ ਹਨੀ ਸਿੰਘ, ਹਨੀ 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 ਕਿੰਨਾ ਟੈਲੈਂਟ ਯਾਰ। ਹਨੀ ਸਿੰਘ ਹੁਣ ਤਾਂ ਚਲੋ ਕਿੰਨੇ ਚੱਲ ਗਏ, ਉਦੋਂ ਤਾਂ ਬੰਬੇ ਵਾਲਿਆਂ ਨੂੰ ਮੂੰਹ ਉਹਨੇ ਕੀਤੇ ਇਹਨੂੰ,
ਕਿੰਨੀ ਹਾਰਡ ਵਰਕ ਸੀ ਉਹਦਾ। ਸੋ ਇਹ ਪ੍ਰਾਊਡ ਵਾਲੀ ਗੱਲ ਆ, ਬਟ ਮੈਂ ਇਹੀ ਕਹੂੰਗਾ ਕਿ ਅਗਰ ਰੱਬ ਨੇ ਸਾਨੂੰ ਉੱਥੇ ਰੱਖੇ, ਅਗਰ ਕਿਸੇ ਦੀ ਹੈਲਪ ਕਰ ਸਕਦੇ ਜ਼ਰੂਰ ਕਰੀਏ। ਐਂਡ ਜਿਹੜੇ ਦੋਸਤ ਪਹਿਲੇ ਦਿਨ ਤੁਹਾਡੇ ਖੜ੍ਹੇ ਆ, ਉਹਨਾਂ ਨੂੰ ਕੁਛ ਨਹੀਂ ਚਾਹੀਦਾ, ਅਤੇ ਜਸਟ ਵਨ ਯਾਰ ਉੱਦਾਂ ਮਹੀਨੇ 'ਚ ਇੱਕ ਵਾਰੀ ਉੱਦਾਂ ਹੀ ਗੱਲ ਕਰ ਲਏਗਾ, ਉਹ ਮਹੀਨੇ 'ਚ ਉੱਦਾਂ ਹੀ ਗੱਲ ਕਰ ਲੈਂਦੇ ਇੱਕ ਵਾਰੀ, ਕਿੱਦਾਂ ਯਾਰ ਚਾਹ ਦਾ ਕੱਪ ਪੀ ਲਿਆ ਆਪਾਂ ਹੈਪੀ ਹੁੰਦੇ ਜੀ ਬਾਈ। ਕਈ ਵਾਰ ਇਸ ਚੀਜ਼ ਦਾ ਥੋੜ੍ਹੀ, ਕਿਉਂਕਿ ਨਾ ਇਨਸਾਨ ਦਾ ਨਾ ਕਿਸੇ ਬੰਦੇ ਦਾ ਨਾ ਪਿੱਠ ਪਿੱਛੋਂ ਪਤਾ ਲੱਗਦਾ ਕਿ ਬੰਦਾ ਤੁਹਾਡੇ ਬਾਰੇ ਕੀ ਬੋਲਦਾ। ਇੰਨੇ ਸਮੇਂ ਤੋਂ ਤੁਸੀਂ ਇੱਥੇ ਹੈ ਨਹੀਂ ਸੀਗੇ, ਕਿਸੇ ਨੇ ਤੁਹਾਨੂੰ ਯਾਦ ਵੀ ਨਹੀਂ ਕੀਤਾ ਕਿ ਪਿੰਦਾ ਕਿੱਥੇ ਆ, ਪਿੰਦਾ ਕਿੱਥੇ ਆ, ਕਿਉਂਕਿ ਮੈਨੂੰ ਐਂ ਲੱਗਦਾ ਜੇ ਪਿੰਦੇ ਨੂੰ ਕਿਸੇ ਨੇ ਯਾਦ ਕੀਤਾ ਹੁੰਦਾ ਨਾ, ਪਿੰਦਾ ਇੰਨਾ ਸਮਾਂ ਨਾ ਲਾਉਂਦਾ ਉੱਠਣ ਦੇ, ਪਿੰਦਾ ਇੰਨਾ ਟਾਈਮ ਨਹੀਂ ਲੱਗਣਾ ਸੀਗਾ। ਜੇ ਕਿਤੇ ਔਖੇ ਵੇਲੇ ਜਿੰਨਿਆਂ ਨੂੰ ਤੁਸੀਂ ਸਪੋਰਟ ਕੀਤੀ ਆ, ਜਿੰਨੇ ਤੁਸੀਂ ਮਦਦ ਕੀਤੀ ਆ, ਉਹਨਾਂ ਵਿੱਚੋਂ ਕੋਈ ਇੱਕ ਤੁਹਾਡੀ ਬਾਂਹ ਫੜਦਾ ਤਾਂ ਪਿਆਰ ਪਿਊਰ ਤਾਂ ਕੀ ਆ ਯਾਰ, ਅਗਲਾ ਕਹਿੰਦਾ ਪਿੰਦੇ ਛੱਡਿਆ ਕਿਹੜੇ ਕੰਮਾਂ 'ਚ ਪਿਆ ਤੂੰ, ਇੱਥੇ ਮੈਂ ਤੇਰੇ ਨਾਲ ਖੜਿਆ, ਨਾਲ ਖੜਿਆ ਕੰਮ 'ਚ ਬਿਜ਼ੀ ਕਰ ਦੇਵੇ। ਹਾਂ ਕੰਮ 'ਚ ਬਿਜ਼ੀ ਕਰ ਦੇਵੇ। ਹੁਣ ਐਗਜ਼ਾਮਪਲ ਕੋਈ ਮੇਰਾ ਯਾਰ ਦੋਸਤ ਜਿਹੜੇ ਕਿੰਨੀਆਂ ਫਿਲਮਾਂ ਕਰਦਾ ਕਿ ਉਹਨੂੰ ਪਤਾ ਵੀ ਨਹੀਂ ਕੰਮ ਨਹੀਂ ਮਾੜਾ ਕਰਦਾ, ਇਸ ਕਨਫਰਮ ਕਰਵਾ ਸਕਦੇ ਨੇ, ਕਿਉਂਕਿ ਕੋਈ ਵੀ ਐਕਟਰ ਹੁੰਦਾ ਐਗਜ਼ਾਮਪਲ, ਹੁਣ ਮੈਂ ਫਿਲਮ ਕਰਦਾ ਮੈਨੂੰ ਪਤਾ ਹੁੰਦਾ ਕਿ ਯਾਰ 'ਚ ਇਹ ਬੰਦਾ ਕਰ ਸਕਦਾ। ਮੈਂ ਉੱਥੇ ਦੋ ਚੀਜ਼ਾਂ ਨੇ, ਜੇ ਮੈਂ ਆਪਣਾ ਪੇਸ਼ੈਂਸ ਯੂਜ਼ ਕਰੂੰਗਾ ਮੈਂ ਕਹੂੰਗਾ ਚੇਂਜ ਕਰ ਦਿਓ, ਜੇ ਮੇਰਾ ਫਰੈਂਡ ਕਹਿੰਦਾ ਨਹੀਂ ਕਰਵਾਓ ਉਹ ਕਰ ਜੂਗਾ, ਬੰਦਾ ਕਹਿੰਦਾ ਆ ਚੱਲ ਮਿਊਜ਼ਿਕ ਕਰ, ਆ ਚੱਲ ਆ ਰੋਲ ਕਰ, ਬੰਦਾ ਹੱਕ ਨਾਲ ਕਹਿੰਦਾ ਨਹੀਂ ਮੈਂ ਮੇਨ ਰੋਲ ਦੇਣਾ, ਚੱਲ ਆ ਕਰੈਕਟਰ ਕਰ। ਕਿਉਂਕਿ ਜਿੱਦਾਂ ਦੇ ਬਾਈ ਤੁਸੀਂ ਗਾਣੇ ਹਿੱਟ ਕੀਤੇ ਆ, ਕੋਈ ਵੀ ਵੱਡਾ ਸਟਾਰ ਜਿਹੜੇ ਅੱਜ ਨਾਮ ਛੋਟੀ ਦੇ ਉੱਤੇ ਜਿਹਦੇ ਤਾਰੇ ਬੁਲੰਦੀਆਂ ਦੇ ਨੇ, ਕੋਈ ਵੀ ਅੱਜ ਬਾਂਹ ਫੜ ਕੇ ਕਹਿੰਦਾ ਕਿ ਪਿੰਦੇ ਤੂੰ ਇੱਥੇ ਆ, ਤੂੰ ਕਿ ਐਦਾਂ ਕੀ ਮਾਰ ਹੋ ਗਈ ਯਾਰ, ਵੀ ਤੈਨੂੰ ਕੁੜੀ ਨੇ ਧੋਖਾ ਦਿੱਤਾ, ਵੀ ਐਂ ਥੋੜ੍ਹਾ ਦੱਬ ਥੋੜ੍ਹਾ ਜਾਣਾ ਚਾਹੀਦਾ ਹੁੰਦਾ, ਮੈਂ ਤਾਂ ਨਾਲ ਖੜਿਆ ਚਲਾ। ਜਦੋਂ ਬਾਈ ਤੁਸੀਂ ਗਾਣੇ ਕਰਦੇ ਸੀਗੇ, ਕਿੰਨਿਆਂ ਨੂੰ ਤੁਸੀਂ ਸਟੇਜਾਂ 'ਤੇ ਵੀ ਖੜਾ ਕੀਤਾ, ਸ਼ੋਅ 'ਤੇ ਵੀ ਤੁਸੀਂ, ਯੂ ਨੋ ਮੈਂ ਐਮੀ ਬਾਈ ਨਾਲ ਵੀ ਤੁਸੀਂ, ਹੈ ਨਾ, ਐਮੀ ਬਾਈ ਜਦੋਂ ਆਏ ਸੀਗੇ ਸ਼ੋਅ 'ਤੇ ਤੁਸੀਂ ਉਹਨੂੰ ਆਪ ਲੈ ਗਏ ਹੋ ਐਮੀ ਬਾਈ ਨਾਲ ਸ਼ੁਰੂ ਵਿੱਚ, ਚਲੋ ਇਕੱਠੇ ਸੀ ਦੋਸਤ ਗਏ, ਮੈਨੂੰ ਚਲੋ ਗਿਵ ਐਂਡ ਟੇਕ ਹੁੰਦਾ ਬਾਈ, ਹੱਥ ਨੂੰ ਹੱਥ ਹੁੰਦਾ, ਉਹ ਤੁਹਾਡੀ ਸਪੋਰਟ ਕਰਦੇ ਸੀਗੇ, ਤੁਸੀਂ ਕਿਸ ਤਰੀਕੇ ਉਹਨਾਂ ਸਪੋਰਟ ਕਰਦੇ ਸੀਗੇ ਬਾਈ, ਉਸ ਸਮੇਂ ਦੇ ਦੌਰਾਨ ਕਿਸੇ ਨੇ ਤੁਹਾਨੂੰ ਯਾਦ ਨਹੀਂ ਕੀਤਾ? ਮਤਲਬ ਮੈਂ ਇਹੀ ਕਹੂੰਗਾ ਕਿ ਬਿਜ਼ੀ ਹੋਣੇ ਨੇ, ਹਾਂ ਉਹ ਸਾਰੇ, ਕਿਉਂਕਿ ਉਹਨਾਂ ਦੀ, ਪਰ ਉਹ ਬਿਜ਼ੀ ਹੋ ਕੇ ਪਿੰਦੇ ਨੂੰ ਕਿਸੇ ਨੇ ਯਾਦ ਨਹੀਂ ਕੀਤਾ, ਅਤੇ ਅੱਜ ਪਿੰਦਾ ਇੰਨਾ ਸਮਾਂ ਉਹਨੂੰ ਲੱਗ ਗਿਆ ਵਿਚਾਰੇ ਨੂੰ ਉੱਠਣ ਦੇ ਵੀ ਅੱਜ। ਉਹ ਰੀਜ਼ਨ ਹੈ ਕਿ ਮੈਂ ਫਿਰ ਉਹੀ ਗੱਲ ਕਰਦਾ ਕਿ ਜਿਹੜੇ ਮੇਰੇ ਫਰੈਂਡ ਨੇ ਉਹ ਇਸ ਵੇਲੇ ਬਹੁਤ ਵੈਲ ਸੈਟਲ ਨੇ, ਹੈ ਨਾ, ਅਤੇ ਜਿਹੜੇ ਵਿਚਾਰੇ ਨੌਨ ਸੀਗੇ ਇਸ ਫੀਲਡ ਤੋਂ ਨਹੀਂ ਸੀ, ਅੱਜ ਵੀ ਨਾਲ ਨੇ, ਉਹੀ ਪੈਸੇ ਲਾਏ ਉਹਨਾਂ ਨੇ ਫਿਲਮਾਂ 'ਤੇ, ਟੈਨਸ਼ਨ ਹੀ ਕੋਈ ਨਹੀਂ। ਉਹ ਇੱਦਾਂ ਦੇ ਫਰੈਂਡ ਨੇ ਕਿ ਭਾਵਾਂ ਕਿੰਨੀਆਂ ਫਿਲਮਾਂ ਕਰਾ ਦੇਣ, ਲੇਕਿਨ ਮੇਰੀ ਡਿਊਟੀ ਇਹ ਬਣ ਜਾਂਦੀ ਆ ਕਿ ਉਹ ਅਗਰ ਮੈਥੇ ਟਰਸਟ ਕਰਦੇ ਜਿੰਨੇ ਲੱਗੇ ਉਹਨਾਂ ਦੇ ਵਾਪਸ ਹੋਣ। ਜਿਹੜੇ ਵੈਲ ਸੈਟਲ ਸੀਗੇ ਉਹਨਾਂ ਨੇ ਕਦੇ, ਚਲੋ ਉਹ ਬਿਜ਼ੀ ਹੋ ਗਏ ਹੋਣਗੇ, ਉਹਨਾਂ ਰਿਸਪੋਂਸੀਬਿਲਟੀਜ਼ ਵੱਧ ਗਈਆਂ, ਪ੍ਰਾਇਓਰਟੀਜ਼ ਵੱਧ ਗਈਆਂ ਹੋਣਗੀਆਂ, ਮੈਂ ਤਾਂ ਇਹ ਵੀ ਸੋਚ ਰਿਹਾ ਕਿ ਜਿੱਥੋਂ ਤੱਕ ਮੈਂ ਪਤਾ ਨਹੀਂ, ਸ਼ਾਇਦ ਮੈਂ ਜ਼ਿਆਦਾ ਸੋਚ ਰਿਹਾ ਕੀ ਆ, ਬੰਦਾ ਜਦੋਂ ਕਿਸੇ ਇਨਸਾਨ ਤੋਂ ਧੋਖਾ ਖਾਂਦਾ ਬਾਈ, ਬੰਦੇ ਦੇ ਹਾਲਾਤ ਮਰਨ ਵਰਗੇ ਹੋ ਜਾਂਦੇ ਆ, ਬੰਦਾ ਕਹਿੰਦਾ ਮੈਂ ਨਹੀਂ ਜੀਣਾ ਵੀ ਦਾਰੂਆਂ ਪੀਣੀਆਂ, ਜਿਵੇਂ ਤੁਸੀਂ, ਚਲੋ ਇਹ ਸਮਾਂ ਤੁਸੀਂ ਬਤਾਇਆ, ਪਰ ਦਿਮਾਗ 'ਚ ਬਾਈ ਇਹ ਵੀ ਖਿਆਲ ਆਇਆ ਸੀਗਾ ਕਿ ਬਾਈ ਨਹੀਂ ਯਾਰ ਬਸ ਹੁਣ ਕਰਨੇ ਨਹੀਂ ਕੋਈ। ਕਈ ਵਾਰੀ ਬੰਦਾ ਡਿਪਰੈਸ਼ਨ, ਦੈਟਸ ਵਾਈ ਆਈ ਚੂਜ਼ ਦਿਸ ਮੂਵੀ, ਡਿਪਰੈਸ਼ਨ 'ਚ ਬੰਦਾ, ਬੰਦੇ ਨੂੰ ਪਤਾ ਨਹੀਂ ਲੱਗਦਾ, ਨੈਗੇਟਿਵ ਥੋਟ ਬਹੁਤ ਹੁੰਦੇ ਨੇ, ਤੁਸੀਂ ਇੱਕ ਇੰਨਾ ਸੀਨ ਇਮੋਸ਼ਨਲ ਨਹੀਂ ਦੇਖ ਸਕਦੇ, ਬੰਦਾ ਕਹਿੰਦਾ ਛੱਡੋ ਯਾਰ, ਕਿੰਨੇ ਆਰਟਿਸਟ ਸੁਸਾਈਡ ਕਰ ਲੈਂਦੇ ਨੇ, ਉਹ ਲੋਕ ਕਹਿੰਦੇ ਨਾ ਚੰਗਾ ਭਲਾ ਸੀ, ਪਰ ਉਹਨਾਂ ਦੇ ਕੈਮਰੇ ਦੇ ਪਿੱਛੇ ਉਹਨਾਂ ਦੀ ਲਾਈਫ ਕੀ ਚੱਲਦੀ, ਨੋਬਡੀ ਨੋਸ, ਹੈਗੇ ਤਾਂ ਇਨਸਾਨ ਹੀ ਆ ਨਾ, ਹੈਗੇ ਇਨਸਾਨ ਹੀ ਆ। ਫਿਰ ਸਾਡਾ ਸਮਾਜ ਜਿਹੜਾ ਆ ਕਿਸੇ ਨੂੰ ਕਿਓਰ ਕਰਨ ਦੀ ਟਰਾਈ ਨਹੀਂ ਕਰਦਾ, ਉਹਨੂੰ ਮਿਹਣੇ ਤਾਨੇ ਇੰਨੇ ਕੁ ਮਾਰ ਦਿੰਦੇ ਨੇ ਕਿ ਉਹ ਬੰਦਾ ਅੰਦਰ ਘੁੜ ਜਾਂਦਾ, ਅੰਦਰ ਹੀ ਅੰਦਰ ਉਹ ਘੁੱਟਣਾ ਸ਼ੁਰੂ ਹੋ ਜਾਂਦਾ। ਉਹਦੇ ਕਈ ਆਰਟਿਸਟ, ਕਈ ਸੁਸਾਈਡ ਕਰ ਲੈਂਦੇ ਨੇ, ਕਈ ਕੰਮ ਛੱਡ ਜਾਂਦੇ ਨੇ, ਕਈ ਵਿਚਾਰੇ ਜੋਬਸ ਕਰ ਰਹੇ, ਉਸ ਤੋਂ ਬਾਅਦ ਉਹਨਾਂ ਦੀ ਫੋਟੋ ਅਪਲੋਡ ਕਰਕੇ ਆਰਆਈਪੀ ਲਿਖ ਦਿੱਤੇ ਜਾਂਦਾ, ਉਸ ਟਾਈਮ ਮਦਦ ਨਹੀਂ ਕਰਦੇ, ਨਹੀਂ ਕਰਦੇ ਪਾ ਵਿੱਚ ਜਿੰਨਾ ਮਰਜ਼ੀ ਹੋ ਜਾਣਾ, ਉਹਦਾ ਕੀ ਫਾਇਦਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਅਗਰ ਕਿਸੇ ਦੀ ਹੈਲਪ ਕਰਨੀ ਹੈ ਜਿੰਦੇ ਜੀ ਕਰੋ, ਨਹੀਂ ਮਨੀ ਵਾਈਜ਼ ਤਾਂ ਕੋਈ ਕਿਸੇ ਦੀ ਲੋੜ ਹੀ ਨਹੀਂ ਹੈਗੀ। ਅਗਰ ਆਪਾਂ ਹੈਲਦੀ ਹਾਂ ਤਾਂ ਰੋਟੀ ਕਿਸੇ ਨੇ ਵੀ ਕਮਾ ਲੈਣੀ ਆ, ਕਿਸੇ ਨੂੰ ਚੰਗਾ ਸਲਾਹ ਹੀ ਦੇ ਦਿਓ, ਤੁਸੀਂ ਡਾਇਰੈਕਸ਼ਨ 'ਚ ਤਾਂ ਪਾ ਹੀ ਸਕਦੇ ਹਾਂ। ਹੁਣ ਜਦੋਂ ਡਿਸਾਈਡ ਕਰ ਲਿਆ ਕਿ ਯੈਸ ਮੈਂ ਮੂਵੀਆਂ ਕਰਨੀਆਂ, ਉਹਨਾਂ ਨੂੰ ਪਤਾ ਨਹੀਂ ਕਰਨੀਆਂ,
ਲੇਕਿਨ ਤੁਸੀਂ ਤੁਹਾਡਾ ਐਕਸਪੀਰੀਅੰਸ ਆ ਤੁਸੀਂ ਸੁਜੈਸਟ ਕਰ ਦਿਓ ਇੱਦਾਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਵੈਸੇ ਕੰਮ ਤਾਂ ਬੰਦੇ ਨੇ ਆਪ ਹੀ ਕਰਨਾ ਹੁੰਦਾ ਅੱਜ ਬਾਈ ਪਾਉਂਦੇ ਹੋ ਵੀ ਕਿਸੇ ਨੂੰ ਕਹਿੰਦੇ ਹੋ ਵੀ ਕਿਸੇ ਨੂੰ ਫੋਨ ਕਰਕੇ ਕਿ ਬਾਈ ਮੈਂ ਗਾਣਾ ਕਰਨਾ ਵੀ ਤੁਹਾਡੇ ਨਾਲ ਕੋਈ ਕਿਸੇ ਵੱਡੇ ਆਰਟਿਸਟ ਨੂੰ ਵੀ ਬਾਈ ਕਰੋ ਯਾਰ ਗਾਣਾ ਕੋਈ ਅੱਜ ਦੇ ਟਾਈਮ 'ਚ ਬਾਂਹ ਫੜਦਾ ਪਿੰਦੇ ਨੂੰ ਪਤਾ ਨਹੀਂ ਕਰਨਾ ਉਹਨਾਂ ਨੇ ਕਿਉਂ ਆਈ ਨੋ ਕਿਉਂਕਿ ਸ਼ਾਇਦ ਉਹਨਾਂ ਨੂੰ ਉਸ ਚੀਜ਼ ਦਾ ਜਿਹੜਾ ਮੈਂ ਗੈਪ ਪਾਇਆ ਉਹ ਪਰੂਫ ਕਰਨ ਲਈ ਮੈਨੂੰ ਟਾਈਮ ਲੱਗੂਗਾ ਜਦੋਂ ਮੈਂ ਪਰੂਫ ਕਰ ਦੂੰਗਾ ਹਲੇ ਪਹਿਲੀ ਮੂਵੀ ਆ ਮੇਰੀ ਜੋ ਪਰੂਫ ਹੋ ਜੂਗਾ ਸ਼ਾਇਦ ਉਹ ਫੇਰ ਕਰਨਗੇ ਹਲੇ ਉਹ ਲੱਗਦਾ ਕਿ ਅਸੀਂ ਆਪਣਾ ਕਰੀਅਰ ਨਾ ਕਿਉਂ ਖੇਲੀਏ ਫਿਰ ਤੁਸੀਂ ਕਰੋਗੇ ਦੇਖੋ ਕੰਮ ਜਿਹੜਾ ਆ ਨਾ ਕੰਮ ਮੇਰੇ ਲਈ ਪੂਜਾ ਆ ਕੰਮ ਮੇਰੇ ਲਈ ਪੂਜਾ ਆ ਓਬਵੀਅਸ ਮੈਂ ਕੰਮ ਤਾਂ ਕਰੂੰਗਾ ਹੀ ਕਿਸੇ ਲਈ ਵੀ ਹੈ ਨਾ ਕੋਈ ਇਸ ਕੰਮ ਅਗਰ ਮੈਂ ਕੰਮ ਜਿਹੜੇ ਦਿਨ ਰਾਤ ਮੈਂ ਹੱਥ ਜੋੜਦਾ ਹਾਂ ਅਗਰ ਉਹਨਾਂ ਕਰੂੰਗਾ ਤਾਂ ਸ਼ਾਇਦ ਮੈਂ ਆਪਣੇ ਆਪ ਨਾਲ ਧੋਖਾ ਕਰੂੰਗਾ ਹੈ ਨਾ ਹਾਂ ਲੇਕਿਨ ਕਿਤੇ ਨਾ ਕਿਤੇ ਉਹ ਹੋਊਗਾ ਕਿ ਯਾਰ ਇੰਨੇ ਸਾਲ ਕਿਉਂ ਨਹੀਂ ਹੈ ਨਾ ਵੀ ਔਖੇ ਟਾਈਮ 'ਚ ਮੈਂ ਨਾ ਸਮਾਂ ਦੇਖਿਆ ਕਿਉਂਕਿ ਬਾਈ ਮੈਨੂੰ ਐਂ ਲੱਗਦਾ ਕਿ ਇੰਨਾ ਗੈਪ ਨਹੀਂ ਪੈਣਾ ਹੀ ਪੈਣਾ ਹੀ ਨਹੀਂ ਸੀ ਬਾਈ ਹੁਣ ਗਿੱਪੀ ਭਾਅ ਜੀ ਨੇ ਆਲਵੇਜ਼ ਕੀਤੇ ਨੇ ਗਿੱਪੀ ਭਾਅ ਜੀ ਦਾ ਹੁਣ ਵੀ ਮੈਂ ਸ਼ਿੰਦੇ ਦਾ ਗਾਣਾ ਵੀ ਕੀਤਾ ਹੈ ਨਾ ਗਿੱਪੀ ਭਾਅ ਜੀ ਰੀਸੈਂਟਲੀ ਐਲਬਮ ਵੀ ਕੀਤੀ ਹੈ ਮੈਂ ਹੈ ਨਾ ਅਤੇ ਬਾਕੀ ਹੈ ਕਿ ਚਲੋ ਹੁਣ ਦੁਬਾਰਾ ਕਰ ਰਹੇ ਹਾਂ ਕੰਮ ਕੰਮ ਕਰਾਂਗੇ ਠੋਕ ਕੇ ਕੰਮ ਤਾਂ ਨਹੀਂ ਭੁੱਲਿਆ ਸ਼ੇਰ ਜਿੰਨਾ ਮਰਜ਼ੀ ਬੁੱਢਾ ਹੋ ਜਾਵੇ ਉਹਨੂੰ ਛਾਲ ਮਾਰਨਾ ਨਹੀਂ ਪਲਦਾ ਹੁੰਦਾ ਕਿਆ ਬਾਤ ਹੈ ਬਾਈ ਸ਼ਹਿਰੀ ਜ਼ਿੰਦਗੀ ਕਿਵੇਂ ਆ ਬਾਹਰਲੀ ਕੈਨੇਡਾ ਵਾਲੀ ਪਿਆਰ ਹੈਗਾ ਮੈਨੂੰ ਆਪਣੇ ਕੰਮ ਨਾਲ ਆਪਣੀ ਐਕਟਿੰਗ ਨਾਲ ਆਪਣੀ ਫਿਲਮਾਂ ਨਾਲ ਉਹ ਕਰਨਾ ਪਰ ਉਹ ਦੋ ਚੀਜ਼ਾਂ ਨੇ ਜ਼ਿੰਦਗੀ 'ਚ ਭੁੱਲਣਾ ਚਾਹੀਦਾ ਜਿਹੜੀ ਧਰਤੀ ਤੁਸੀਂ ਜਨਮ ਲਿਆ ਇਹ ਸਾਡੀ ਮਿੱਟੀ ਆ ਅਸੀਂ ਇਹਨੂੰ ਕਦੇ ਨਹੀਂ ਭੁੱਲ ਸਕਦੇ ਇੱਕ ਉਹ ਮਿੱਟੀ ਜਿਹਨੇ ਸਾਨੂੰ ਰਿਜ਼ਕ ਦਿੱਤਾ ਸੋ ਉਹ ਮੁਲਕ ਕੈਨੇਡਾ ਮੈਂ ਕੈਨੇਡੀਅਨ ਸਿਟੀ ਆ ਨਾ ਸੋ ਉਹ ਵੀ ਬਹੁਤ ਸਾਨੂੰ ਕੁਛ ਦਿੰਦਾ ਇਹ ਤਾਂ ਆਪਣਾ ਹੈ ਹੀ ਹੈ ਨਾ ਇਹ ਤਾਂ ਗੁਰੂਆਂ ਪੀਰਾਂ ਦੀ ਪੰਜਾਬ ਧਰਤੀ ਹੈ ਨਾ ਮੇਰੀ ਫਿਲਮ 'ਚ ਇੱਕ ਡਾਇਲੋਗ ਆ ਅਲਜ਼ਾਈਮਰ ਦੇ ਵਿੱਚ ਉਹ 'ਚ ਮੈਂ ਇੱਕ ਡਾਇਲੋਗ ਬੋਲਦਾ ਕਿ ਉਹ ਮੈਨੂੰ ਪੁੱਛਦਾ ਤੂੰ ਸਿਟੀਆਂ ਲੈ ਲਈ ਸਾਰਾ ਕੁਝ ਤੇਰੀ ਰੀਝ ਕੀ ਆ ਪ੍ਰਤੀਕ ਪੁੱਛਦਾ ਮੈਨੂੰ ਮੈਂ ਕਿਹਾ ਯਾਰ ਹੁਣ ਹਨਾ ਇੱਕ ਰੀਝ ਆ ਇੱਕ ਰੱਖਣਾ ਟਰੈਕਟਰ ਇੱਕ ਰੱਖਣੀ ਘੋੜੀ ਤੇਰੇ ਬਾ ਇੱਕ ਛੋਟੀ ਜਿਹੀ ਖੁਆਇਸ਼ ਹੋਰ ਕਿ ਜਦੋਂ ਵੀ ਜਾਨ ਨਿਕਲੇ ਨਾ ਨਿਕਲੇ ਪਿੰਡ ਵਾਲੀ ਮੋਟਰ ਤੇ ਇੱਥੇ ਸ਼ਿਫਟਾਂ ਲਾਉਂਦੇ ਤੇ ਕਿਆ ਬਾਤ ਹੈ ਕਿਆ ਬਾਤ ਹੈ ਸੋ ਹਰੇਕ ਪਰਦੇਸੀ ਦੀ ਹਰੇਕ ਪੰਜਾਬੀ ਦੀ ਐਂਡ ਉਹਦਾ ਇਹੀ ਹੁੰਦਾ ਕਿ ਮੈਂ ਆਪਣੇ ਵਤਨ ਦੇ ਵਿੱਚ ਜਾ ਕੇ ਆਪਣੇ ਉਸੇ ਧਰਤੀ ਦੇ ਮੇਰੀ ਜਾਨ ਨਿਕਲੇ ਨਹੀਂ ਬਾਈ ਮੈਂ ਮੈਨੂੰ ਐਕਚੁਅਲ 'ਚ ਨਾ ਮੈਂ ਕਿਹਾ ਵੀ ਭਿੰਦੇ ਔਜਲੇ ਦੀ ਜ਼ਿੰਦਗੀ ਦਾ ਬਾਈ ਪਤਾ ਤਾਂ ਕਰਨਾ ਬਣਦਾ ਮੈਂ ਕਿਹਾ ਯਾਰ ਵੀ ਬੰਦੇ ਨੇ ਕਿਹੜਾ ਸਮਾਂ ਦੇਖਿਆ ਕਿਵੇਂ ਧੱਕੇ ਖਾਧੇ ਬਾਈ ਹੈਨਾ ਉਸ ਤਰ੍ਹਾਂ ਦੇ ਕਲੀਨ ਸ਼ੇਵ ਹੁੰਦੀ ਸੀਗੀ ਬਾਈ ਦੀ ਅੱਜ ਦਾੜੀਆਂ ਦੁੜੀਆਂ ਨਿਕਲ ਗਈਆਂ ਫਿਰ ਹੁਣ ਕਰੈਕਟਰ ਦੇ ਵਿੱਚ ਹੈ ਨਾ ਪਰ ਇੱਕ ਚੀਜ਼ ਮੈਂ ਹੋਰ ਵੀ ਦੱਸਦਾ ਸਾਰੇ ਵੀਰੇ ਜਿਨ੍ਹਾਂ ਲਈ ਮੈਂ ਕੀਤਾ ਉਹਨਾਂ ਨੇ ਕੀਤਾ ਨਹੀਂ ਜਿਹੜੇ ਉਦੋਂ ਟਰਸਟ ਕਰਦੇ ਸੀ ਉਹ ਸਾਰੇ ਨਾਲ ਨੇ ਐਵਰੀਬਡੀ ਐਜ਼ ਅ ਐਕਟਰ ਐਕਟਰ ਤਾਂ ਮੈਂ ਨਵਾਂ ਹੀ ਆ ਨਾ ਮੈਨੂੰ ਮਿਊਜ਼ਿਕਲੀ ਕਾਲ ਕਰੋ ਨਾ ਬਿਲਕੁਲ ਉਹਨਾਂ ਨੇ ਬਿਨਾਂ ਰਿਲੀਜ਼ ਹੋਏ ਫਿਲਮ ਮੈਨੂੰ ਦੋ ਫਿਲਮਾਂ ਸਾਈਨ ਨੇ ਤੇ ਚਾਰ ਮੈਂ ਕਰ ਚੁੱਕਾ ਉਹਨਾਂ ਨੂੰ ਟਰਸਟ ਆ ਮੇਰੇ ਤੇ ਮੈਂ ਆਡੀਸ਼ਨ ਆਬਵੀਅਸ ਭੇਜਦਾ ਆਡੀਸ਼ਨ ਭੇਜਦਾ ਉਹ ਸਾਰੇ ਕੰਮ ਕਰ ਰਹੇ ਨੇ ਵੱਡੀਆਂ ਵੱਡੀਆਂ ਕੰਪਨੀ ਵਾਲੇ ਕਿ ਭਿੱਦਾ ਜੀ ਚਲੋ ਕਰੋ ਉਹ ਵੀ ਟਰਸਟ ਕਰ ਰਹੇ ਨੇ ਮੇਰੇ ਤੇ ਹੈ ਨਾ ਵੀ ਅਗਰ ਜ਼ਿੰਦਗੀ 'ਚ ਕੋਈ ਨਹੀਂ ਪੁੱਛਦਾ ਤਾਂ ਰੱਬ ਪੁੱਛਣ ਵਾਲੇ ਵੀ ਭੇਜ ਦਿੰਦਾ ਅਤੇ ਥੈਂਕ ਯੂ ਉਹਨਾਂ ਫਰੈਂਡ ਦਾ ਜਿਹੜੇ ਉਹ ਬਿਨਾਂ ਰੀਜ਼ਨ ਤੋਂ ਨਾਲ ਨੇ ਮੇਰੇ ਉਦੋਂ ਦੇ ਹੁਣ ਇਸ ਅਲਜ਼ਾਈਮਰ ਫਿਲਮ ਦੇ ਥਾਂਦੀ ਭਾਅ ਜੀ ਨੇ ਸਤਵਿੰਦਰ ਆ ਜਾਂ ਰਾਜਾ ਬਰਾ ਉਹ ਸਾਰੇ ਉਹਨਾਂ ਨੂੰ ਐਕਟਰਸ ਸੀਗਾ ਕਿ ਉਦੋਂ ਦੱਬ ਕੇ ਗਾਣੇ ਹਿੱਟ ਕੀਤੇ ਆ ਇਹ ਸਾਡੇ ਪੈਸੇ ਨਹੀਂ ਮਾਰ ਦੋਗੇ ਫਿਲਮ 'ਤੇ ਬਾਈ ਮੈਨੂੰ ਇੱਕ ਗੱਲ ਦੱਸਿਓ ਚਲੋ ਆਪਣੇ ਪਿਆਰ ਪਿੱਛੇ ਇਨਸਾਨ ਰੋਂਦਾ ਕੰਮ ਪਿੱਛੇ ਰੋਏ ਹੋ
ਯੈਸ ਮੈਨ ਆਈ ਆਈ ਫੀਲ ਸਮ ਟਾਈਮ ਕਿ ਜਦੋਂ ਹੁੰਦਾ ਸੀਗਾ ਕਿ ਮੈਨੂੰ ਹੁੰਦਾ ਸੀਗਾ ਕਿ ਯਾਰ ਐਵਰੀਥਿੰਗ ਇਜ਼ ਗੁੱਡ, ਮੈਂ ਗਾਣਾ ਕਿਸੇ ਨੂੰ ਭੇਜਣਾ, ਜਦੋਂ ਮੈਂ ਆਪਣਾ ਨਾਮ ਚੱਕ ਦੇਣਾ, ਮੈਂ ਲੈ ਕੇ ਦੇਣਾ ਏ ਬੀ ਸੀ ਡੀ ਮਿਊਜ਼ਿਕ ਬਾਏ, ਉਹੀ ਗਾਣਾ ਤੋਂ ਗਾਣਾ ਯਾਰ ਇੱਦਾਂ ਦਾ ਕਿਉਂ ਨਹੀਂ ਕਰਦਾ, ਸਾਡਾ ਕੀਤਾ ਤਾਂ ਮੇਰਾ ਹੀ ਆ, ਜਦੋਂ ਮੈਂ ਨਾਮ ਲਾ ਕੇ ਭੇਜਣਾ ਪੈਂਦਾ ਉਹ ਲਾਓ ਨਹੀਂ ਯਾਰ ਇਹ ਪੁਰਾਣਾ ਕਰੀ ਜਾਂਦਾ, ਮੈਂ ਕਿਹਾ ਜਦੋਂ ਇਹ ਹੁਣ ਹਿਪ ਹੋਪ ਆਰ ਐਮ ਬੀ ਕੈਰੇਜ ਹਾਊਸ ਹੁਣ ਕਰਦੇ ਆ, ਮੈਂ ਇੰਗਲੈਂਡ 'ਚ ਉਦੋਂ ਕਰ ਚੁੱਕਾ ਪੁਰਾਣੇ ਗਾਣੇ, ਮੈਂ ਤਾਂ ਰਿਹਾ ਹੀ ਗਰੋਪ ਉਹਨਾਂ ਕੰਟਰੀਆਂ 'ਚ ਹੋਇਆ ਉੱਥੋਂ ਸਟਾਰਟ ਕੀਤਾ ਨਾ, ਲੇਕਿਨ ਆਪਣੀ ਇੰਡਸਟਰੀ ਪਤਾ ਕੀ ਕਰਦੀ ਆ, ਟੈਗ ਯਾਰ ਇਹ ਕਰ ਜਿਹਾ ਡਾਊਨ ਫੋਲ ਆ ਗਿਆ ਸੀ, ਇਹ ਨਹੀਂ ਹੁਣ ਕਰ ਸਕਦਾ, ਚਾਂਸ ਹੀ ਨਹੀਂ, ਟਰੱਸਟ ਹੀ ਨਹੀਂ ਕਰਦੇ, ਨਹੀਂ ਯਾਰ ਇਹ ਉਹ ਛੱਡ ਯਾਰ ਉਹੀ ਪੁਰਾਣਾ ਕਰੀ ਜਾਣਾ। ਦੂਸਰਾ ਕੀ ਹੁੰਦਾ ਕਿ ਜਦੋਂ ਅਸੀਂ ਰੀਅਲ ਫਰੈਂਡ ਉਹ ਜਿਹੜੇ ਬੇਸਿਕ ਵਾਲੇ ਹੁੰਦੇ ਪਰੋ, ਅੱਜ ਆਪਾਂ ਦੋਸਤ ਨਾ ਗਰਾਊਂਡ ਲੈਵਲ 'ਤੇ ਆਪਾਂ ਉਹ ਉਹਨਾਂ ਦੀ ਸਲਾਹ ਜੈਨੂਅਨ ਹੁੰਦੀ ਆ, ਜਦੋਂ ਮਾੜਾ ਜਿਹਾ ਮੈਂ ਹਿੱਟ ਹੋ ਗਿਆ, ਜਦੋਂ ਤੁਸੀਂ ਉਦੋਂ ਸਲਾਹ ਦੇਣੀ ਹੈ ਮੈਨੂੰ ਜ਼ਹਿਰ ਲੱਗਣ ਲੱਗ ਪਵੇ, ਉਦੋਂ ਹੀ ਮੇਰਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਕਈ ਸਟਾਰ ਨੇ ਉਹਨਾਂ ਨੂੰ ਉਹ ਜਿਹੜੇ ਹੁੰਦੇ ਨਹੀਂ ਐਵੇਂ ਹੀ ਚਮਚੇ ਹੀ ਆ, ਹੈ ਨਾ, ਉਹਨਾਂ ਨੇ ਐਵੇਂ ਹੀ ਕਹੀ ਜਾਣਾ ਭਾਜੀ ਕੀ ਯਾਰ ਐਵੇਂ ਹੀ ਆ, ਉਹ ਬ੍ਰੇਨ ਵਾਸ਼ ਕਰ ਦਿੰਦੇ ਨੇ। ਰਾਜਾ ਅਗਰ ਕੰਨਾਂ ਦਾ ਕੱਚਾ ਹੋਊਗਾ ਉਹ ਜ਼ਿਆਦਾਤਰ ਰਾਜ ਨਹੀਂ ਕਰ ਸਕਦਾ, ਰਾਜੇ ਨੂੰ ਹਮੇਸ਼ਾ ਪ੍ਰਜਾ ਇੱਕੋ ਜਿਹੀ ਹੋਣੀ ਚਾਹੀਦੀ ਹੈ, ਸੋ ਉੱਥੇ ਹੋ ਜਾਂਦਾ ਕਈ ਵਾਰੀ ਪ੍ਰਜਾ। ਸੋ ਮੈਨੂੰ ਬਹੁਤ ਫੀਲ ਹੁੰਦਾ ਸੀਗਾ ਕਿ ਨਹੀਂ ਮੈਂ ਬਹੁਤ ਗਾਣੇ ਵੀ ਬਣਾਏ, ਉਹ ਚੰਗੇ ਗਾਣੇ ਆ, ਉਹ ਹੁਣ ਫੇਰ ਹਿੱਟ ਹੋਣੇ ਨੇ, ਪੁਰਾਣੇ ਗਾਣੇ ਹਿੱਟ ਹੋਣੇ, ਮੇਰੇ ਪੁਰਾਣੇ ਗਾਣੇ ਆਲਵੇਜ਼ ਬੜੇ ਸਾਲਾਂ ਬਾਅਦ ਫੇਰ ਚੱਲ ਪੈਂਦੇ ਨੇ ਉਹ। ਬਾਈ ਵਿਆਹਾਂ 'ਤੇ ਚੱਲਦੇ ਆ, ਹਾਂਜੀ ਯਾਰ ਗਲਾਸੀ ਵਿਆਹਾਂ 'ਤੇ ਚੱਲਦਾ ਬਾਈ, ਐਗਜੈਕਟਲੀ ਪਿੰਡਾਂ ਦੇ ਮੁੰਡੇ ਦੀ ਡਿਮਾਂਡ ਹੁੰਦੀ ਹੈ ਯਾਰ ਗਲਾਸੀ ਲਓ, ਹਾਂਜੀ, ਮਤਲਬ ਕਿ ਜੇ ਕੁਦਰਤੀ ਨਹੀਂ ਵੀ ਡਿਮਾਂਡ ਕਰਦੇ ਨਾ ਜੇ ਲੱਗ ਜਾਂਦਾ ਤਾਂ ਬਾਈ ਅਗਲੇ ਖੁੱਲ੍ਹ ਕੇ ਭੰਗੜਾ ਪਾਉਂਦੇ। ਐਗਜੈਕਟਲੀ ਗਾਣਾ ਤਾਂ ਕੋਈ ਫਲੋਪ ਹੀ ਨਹੀਂ ਹੋਇਆ, ਹਾਂ ਕੀਤੇ ਨਹੀਂ, ਹਾਂ ਬਹੁਤ ਘੱਟ ਹੋਏ ਨੇ ਕਿ ਜਿਹੜੇ ਨਹੀਂ ਚੱਲੇ ਹੋਣਗੇ, ਮੈਕਸੀਮਮ ਪਿਆਰ ਦਿੱਤਾ ਹੀ ਆ, ਹੈ ਨਾ, ਅੱਜ ਕੱਲ੍ਹ ਇਹ ਦੋ ਗਾਣੇ ਹਿੱਟ ਕਰਾ ਕੇ ਦੋ ਨਵੇਂ ਆਰਟਿਸਟ ਦੇ, ਉਹਨੇ ਦਿਮਾਗ ਖਿਲ ਜਾਂਦਾ ਉਹਦਾ, ਮੇਰੇ ਤਾਂ ਪਤਾ ਨਹੀਂ ਕਿੰਨੇ ਗਾਣੇ ਹੈਟੀ ਨੇ ਕਾਫੀ, ਹੈ ਨਾ, ਜਿਹੜੇ ਕਿ ਲੋਕਾਂ ਦੇ ਬਣ ਚੁੱਕੇ ਮੇਰੇ ਤਾਂ ਨਹੀਂ ਗਏ ਉਹ। ਰਣਜੀਤ ਬਾਬੇ ਦਾ ਫੋਨ ਆਉਂਦਾ, ਰਣਜੀਤ ਬਾਬੇ ਨਾਲ ਕਦੇ ਰਿਗਾਲੀ ਗੱਲ ਹੁੰਦੀ ਰਹਿੰਦੀ ਹੈ, ਕਦੇ ਕਦੇ ਜੋ ਕੋਈ ਕੰਮ ਹੋਵੇ ਫਿਲਮ ਦੇ ਲਈ ਗਾਣਾ ਹੋਵੇ, ਅਤੇ ਉੱਦਾਂ ਵੀਰਾ ਬਿਜ਼ੀ ਆ, ਉਹ ਆਪਣੇ ਕੰਮ 'ਚ ਬਿਜ਼ੀ ਆ, ਮੈਂ ਆਪਣੇ ਕੰਮ 'ਚ ਬਿਜ਼ੀ ਹਾਂ। ਨਹੀਂ ਮੈਂ ਸਮਝ ਗਿਆ ਜਿਹੜਾ ਤੁਸੀਂ ਬਿਜ਼ੀ ਕਹਿ ਰਹੇ ਨਾ, ਕਿਹੜੇ ਦੇਖੇ ਨੇ ਬੰਦਾ ਬਿਜ਼ੀ ਆ, ਸਾਰੇ ਬਿਜ਼ੀ ਨੇ। ਨਹੀਂ ਮੈਂ ਸਮਝ ਗਿਆ ਵੀ ਮੈਨੂੰ ਐਂ ਆ, ਮੈਂ ਕਿਹਾ ਵੀ ਬਾਈ ਯਾਰ ਚਲੋ ਹੈ ਸਾਰੇ ਇੰਡਸਟਰੀ ਇੱਕੋ ਹੀ ਆ, ਹਾਂਜੀ ਸਾਰਿਆਂ ਨੇ ਕੰਮ ਕਰਨਾ, ਕੋਈ ਗਾਣੇ ਮਿਊਜ਼ਿਕ ਹੈ ਨਾ, ਵੀ ਸਾਰਿਆਂ ਨੇ ਇੱਥੇ ਕੰਮ ਕਰਨਾ, ਪਰ ਬਾਈ ਮੈਨੂੰ ਐਂ ਲੱਗਦਾ ਕਿ ਕਿਸੇ ਇੱਕ ਬੰਦੇ ਦਾ ਸਾਥ ਨਾ, ਇੰਡਸਟਰੀ ਵਾਲੇ ਬੰਦੇ ਦਾ ਹੀ ਸਾਥ ਨਾ, ਇੰਡਸਟਰੀ ਦੇ ਬੰਦੇ ਨੂੰ ਹੀ ਬਚਾਉਣਾ ਆ ਉਹਨੂੰ ਨਾ, ਇੰਡਸਟਰੀ ਦਾ ਬੰਦਾ ਜੋ ਸਾਥ ਦਿੰਦਾ ਨਾ, ਐਗਜ਼ਾਮਪਲ ਚਲੋ ਆਪਣਾ ਜੈਜ਼ੀ ਭਾਅ ਜੀ ਹੋ ਗਏ, ਗਿੱਪੀ ਭਾਅ ਜੀ ਹੋ ਗਏ, ਇਹ ਤਾਂ ਮੇਰੇ ਤੋਂ ਵੀ ਪਹਿਲੇ ਦੇ ਸੀਗੇ, ਗਿੱਪੀ ਭਾਅ ਜੀ ਦੇ ਕੰਮ 'ਚ ਮੈਂ ਇਸ 'ਚ ਨਹੀਂ ਵੱਡਾ ਮੰਨਦਾ, ਮੈਂ ਕੰਮ 'ਚ ਵੱਡਾ ਮੰਨਦਾ, ਮੈਂ ਅਗਰ ਕੋਈ ਐਕਟਿੰਗ ਕਰ ਰਿਹਾ, ਕੋਈ ਅਗਰ ਮੇਰੇ ਤੋਂ ਅੱਧੀ ਉਮਰ ਦਾ ਵੀ ਹੋਊਗਾ, ਅਗਰ ਵਧੀਆ ਐਕਟ ਕਰ ਰਿਹਾ, ਮੈਨੂੰ ਉਹਦੇ ਪੈਰੀ ਹੱਥ ਲਾਉਣ ਵਿੱਚ ਵੀ ਸੰਕੋਚ ਨਹੀਂ ਹੋਊਗਾ, ਕਿਉਂਕਿ ਕੰਮ 'ਚ ਵੱਡਾ, ਹੈ ਨਾ। ਸੋ ਐਮੀ ਆ ਐਗਜ਼ਾਮਪਲ, ਐਮੀ ਆ, ਅਗਰ ਉਹ ਇੱਕ ਮੈਨੂੰ ਫੋਨ ਕਰੂਗਾ ਕਿ ਭਾਜੀ ਕੁਤਾ ਚੱਕ ਦੇ ਫੱਟੇ, ਉਹ ਇੱਕ ਬੂਸਟ ਮਿਲਦੀ ਆ, ਇੱਕ ਤਾਕਤ ਮਿਲਦੀ ਆ, ਐਨਰਜੀ ਮਿਲਦੀ ਆ। ਐਂਡ ਮੇਰੇ ਵਰਗਾ ਇਨਸਾਨ ਆ, ਮੈਂ ਜ਼ਿੰਦਗੀ ਵਿੱਚ ਮੇਰੇ ਲਈ ਸਭ ਤੋਂ ਵੱਡਾ ਦਿਨ ਉਹ ਮਾੜਾ ਹੋਣਾ ਜਿੱਦਣ ਮੇਰੇ ਇਹਦਾ ਹੱਥ ਫੈਲ ਗਏ, ਮੈਂ ਰੱਬ ਨੂੰ ਕਿ ਮੈਨੂੰ ਚੱਕ ਕੇ ਲੈ ਜਾਈ, ਹੈ ਨਾ, ਮੈਂ ਖੁਦਗਰਜ਼ ਬੰਦਾ ਆ, ਮੈਨੂੰ ਕੰਮ ਚਾਹੀਦਾ ਆ, ਕੰਮ, ਮੈਂ ਕੰਮ ਕਰਨ ਵਾਲਾ ਬੰਦਾ ਆ, ਮੈਨੂੰ ਕਿ ਮੇਰੇ ਹੱਥ ਪੈਰ ਸਲਾਮਤ ਰੱਖੀ, ਅਗਰ ਨਹੀਂ ਚੱਲਦਾ ਆਪਾਂ ਟਰੱਕ ਚਲਾ ਲਾਂਗੇ, ਕਿਰਤ ਕਰ ਰਹੇ ਨਾ, ਭੀਖ ਮੰਗਣੀ ਰਹੂੰਗਾ, ਕਿਰਤ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਅਗਰ ਇਹਨਾਂ ਪ੍ਰੋਡਕਸ਼ਨ 'ਚ ਕੋਈ ਵੀ ਕੰਮ ਹੈ, ਮੇਰੇ ਦੋਸਤ ਨੇ ਇਹ ਵੀ ਉਦੋਂ ਕੰਮ ਦੇਣ ਜਦੋਂ ਉਹਨਾਂ ਨੂੰ ਲੱਗੇ ਕਿ ਇਹ ਬੰਦਾ ਆਹ ਜੋਬ ਸਹੀ ਤਰੀਕੇ ਨਾਲ ਕਰ ਸਕਦਾ ਕਰੈਕਟਰ, ਕਿਉਂਕਿ ਲੋਕ ਪਿਆਰ ਕਰਨ, ਆਪਾਂ ਚੀਜ਼ 'ਤੇ ਬਣਾ ਰਹੇ ਲੋਕਾਂ ਲਈ। ਤੁਸੀਂ ਮੇਰੇ ਦੋਸਤ ਹੋ, ਤੁਸੀਂ ਤਾਂ ਮੈਂ ਮਾੜਾ ਕਰਾਂ ਚੰਗਾ ਕਰਾਂ, ਤੁਸੀਂ ਕਹਿਣਾ ਹੀ ਆ ਕਿ ਭਾਅ ਜੀ ਵੈਰੀ ਗੁੱਡ ਆ, ਉਹ ਦੋਸਤ ਉਹੀ ਹੁੰਦਾ ਨਾ, ਮਾੜੇ 'ਚ ਵੀ ਨਾਲ ਅਤੇ ਚੰਗੇ 'ਚ ਵੀ ਨਾਲ, ਪਰ ਉਹਨੂੰ ਸਮਝਾਉਣਾ ਹੁੰਦਾ। ਮੇਨ ਆ ਜਿਹਨਾਂ ਲਈ ਚੀਜ਼ ਬਣਾ ਰਹੇ ਹਾਂ ਉਹਨਾਂ ਲਈ 100% ਕਰੀਏ, ਜਿਨ੍ਹਾਂ ਨੇ ਆਪਣੇ ਪੈਸੇ ਖਰਚ ਕੇ ਸਾਡਾ ਗਾਣਾ ਡਾਊਨਲੋਡ ਕਰਨਾ, ਉਹਨਾਂ ਦੀ ਇਮੋਸ਼ਨਸ ਜੁੜ ਜਾਂਦੇ ਨੇ ਬਰੋ, ਹੈ ਨਾ। ਹੁਣ ਸਿੱਧੂ ਵੀਰਾ ਲਾ ਲਓ, ਲੋਕ ਰੋਂਦੇ ਨੇ,
ਇਮੋਸ਼ਨ ਜੁੜੀਆਂ ਨੇ, ਹੈ ਨਾ। ਸੋ ਭਾਈ ਤੁਹਾਨੂੰ ਐਵੇਂ ਲੱਗਦਾ ਕਿ ਜਦੋਂ ਸਿੱਧੂ ਮੂਸੇਵਾਲਾ ਸੀ ਉਹਨੇ ਬੜਿਆਂ ਨੂੰ ਉਹਨੇ ਇਹ ਸੋਚ ਕੇ ਕੰਮ ਨਹੀਂ ਕੀਤਾ ਕਿ ਇਹ ਕਲਾਕਾਰ ਅੱਜ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਸਭ ਤੋਂ ਵੱਡਾ ਐਗਜ਼ਾਮਪਲ ਆ ਬਾਈ ਗੁਲਾਬ ਸਿੱਧੂ। ਗੁਲਾਬ ਸਿੱਧੂ ਖਾਬੋ ਖਿਆਲ ਵਿੱਚ ਵੀ ਨਹੀਂ ਸੀਗਾ, ਮਤਲਬ ਉਹ ਗਾਇਕ ਬਹੁਤ ਤਗੜਾ ਬਾਈ, ਉਹਦੀ ਆਵਾਜ਼ ਬਹੁਤ ਘੈਂਟ ਆ। ਗੁਲਾਬ ਸਿੱਧੂ ਉਹਦਾ ਟਾਈਮ ਤਾਂ ਉਹਦਾ ਆਉਣਾ ਹੀ ਸੀਗਾ ਗੁਲਾਬ ਸਿੱਧੂ ਦਾ, ਇਹ ਤਾਂ ਪਤਾ ਹੀ ਹੈ। ਪਰ ਤੁਹਾਨੂੰ ਐਵੇਂ ਲੱਗਦਾ ਕਿ ਯਾਰ ਸਿੱਧੂ ਮੂਸੇਵਾਲੇ ਨੇ ਗੁਲਾਬ ਸਿੱਧੂ ਬਾਈ ਨੂੰ ਸਿਰਫ ਇੱਕੋ ਗਾਣਾ ਦਿੱਤਾ, ਬਾਈ ਬਾਈ, ਇੱਕੋ ਗਾਣਾ ਇਕੱਠਿਆਂ ਨੇ ਕੀਤਾ, ਉਹ ਗਾਣਾ ਅੱਜ ਗੁਲਾਬ ਸਿੱਧੂ ਦੀ ਕਿਤੇ ਨਾ ਕਿਤੇ ਬਾਈ ਪਛਾਣ ਬਣਿਆ ਹੋਇਆ 100% ਸਟਾਰਟਿੰਗ ਉੱਥੋਂ। ਤਾਂ ਸਿੱਧੂ ਨੇ ਇਹ ਸੋਚ ਕੇ ਕੰਮ ਨਹੀਂ ਕੀਤਾ ਕਿ ਗੁਲਾਬ ਕੋਲ ਕਿੰਨੇ ਗਾਣੇ ਆ ਕਿੰਨੇ ਨਹੀਂ, ਉਹਨੇ ਕੀ ਕੀਤਾ ਕੀ ਨਹੀਂ ਕੀਤਾ, ਉਹਨੇ ਇਹ ਸੋਚਿਆ ਕਿ ਯਾਰ ਬੰਦੇ 'ਚ ਗੱਲਬਾਤ ਹੈ, ਬੰਦੇ ਨਾਲ ਕੰਮ ਕਰੋ, ਬੰਦਾ ਚੰਗਾ ਹੈ, ਬੰਦਾ ਚੰਗਾ ਹੈ ਨੇਚਰ। ਤੁਸੀਂ ਇਹ ਚੀਜ਼ ਸੋਚਦੇ ਹੋ ਬਾਈ ਕਿ ਕਿਤੇ ਨਾ ਕਿਤੇ ਅਗਰ ਸਿੱਧੂ ਹੁੰਦਾ ਜਾਂ ਇੱਦਾਂ ਦੇ ਬੰਦੇ ਹੋਣ ਤਾਂ ਕਿਤੇ ਨਾ ਕਿਤੇ ਪਿੰਦੇ ਉਹ ਜਿਹੜੇ ਨੂੰ ਵੀ ਖੜਾ ਕਰ ਸਕਦਾ ਸੀ। 100% ਹੁੰਦੇ ਆ ਜਿਹੜੇ ਕੌੜੇ ਬੰਦੇ ਹੁੰਦੇ ਨਾ, ਸਿੱਧੂ ਨੂੰ ਸਾਰੇ ਕਹਿੰਦੇ ਉਹਨੂੰ, ਕਿਉਂਕਿ ਉਹ ਇੰਡਸਟਰੀ ਦਾ ਇੰਨਾ ਕੁ ਸਤਾਇਆ ਹੋਊਗਾ, ਹਾਂ, ਹੈ ਨਾ, ਜਿਹਦੇ ਵੱਲ ਰੱਬ ਹੋ ਜੇ, ਹਾਂ, ਹੈ ਨਾ, ਉਹ 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 ਚੀਜ਼ ਆ ਕਿ ਬਹੁਤ ਫਰਕ ਪੈਂਦਾ। ਤੁਸੀਂ ਅਗਰ ਇੱਕ ਇੰਡਸਟਰੀ 'ਚ ਕੋਈ ਮੇਰੀ ਬਾਂਹ ਫੜਦਾ, ਮੁੜ ਕੇ ਜੋ ਮੈਂ ਗਾਣੇ ਕਰ ਰਹੇ ਸੀ ਮੇਰੇ ਥਰੂ ਕਿੰਨਿਆਂ ਹੋਰਾਂ ਦਾ ਭਲਾ ਹੋਣਾ ਸੀ। ਇਹ ਚੇਨ ਆ, ਇਹ ਚੇਨ ਆ, ਲੋਕਾਂ ਨੂੰ ਬਹੁਤ ਇਨਸਕਿਉਰਿਟੀ ਆ ਕਿ ਅਗਰ ਇਸ ਬੰਦੇ ਦਾ ਮੈਂ ਸਾਥ ਦਊਂਗਾ ਤਾਂ ਯਾਰ ਮੇਰਾ ਕੁਛ ਬੁਰਾ ਨਾ ਹੋ ਜਾਵੇ ਮੇਰੇ ਫੇਮ। ਨਹੀਂ, ਜਿਹੜਾ ਤੁਸੀਂ ਕਰਮਾਂ 'ਚ ਲਿਖਾ ਕੇ ਲੈ ਕੇ ਆਇਆ ਤੁਹਾਡਾ ਉਦੋਂ ਤੱਕ ਕੋਈ ਨਹੀਂ ਖੋਜ ਸਕਦਾ ਜਦੋਂ ਤੱਕ ਤੁਸੀਂ ਹਾਰਡਵਰਕ ਕਰਦੇ ਹੋ। ਬਾਈ ਜਸਵਿੰਦਰ ਬਰਾੜ ਦਾ ਜ਼ਿਕਰ ਹੋਇਆ ਸਿਰਫ ਗਾਣੇ 'ਚ, ਸਿੱਧੂ ਮੂਸੇਵਾਲੇ ਨੇ ਸਿਰਫ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਅਤੇ ਜਸਵਿੰਦਰ ਬਰਾੜ ਨੂੰ ਲੋਕ ਫਿਰ ਤੋਂ ਉਹਨੂੰ ਸ਼ੋਅ ਵਾਸਤੇ ਬੁੱਕ ਕਰਨ ਲੱਗ ਗਏ ਉਹਨਾਂ ਨੂੰ। ਮਤਲਬ ਤੁਸੀਂ ਦੇਖੋ ਵੀ ਬੰਦੇ ਦੀ ਲੈਗਸੀ ਕਿਹੜੇ ਲੈਵਲ ਦੀ ਸੀਗੀ। ਮੈਨੂੰ ਐਂ ਲੱਗਦਾ ਕਿ ਜੇ ਇੱਦਾਂ ਦੇ ਬੰਦੇ ਤੁਹਾਨੂੰ ਚੱਕਣ ਵਾਲੇ ਬੰਦੇ ਤੁਹਾਡੀ ਜ਼ਿੰਦਗੀ 'ਚ ਹੋਣ ਨਾ, ਤੁਸੀਂ ਯਾਰ ਕਦੀ ਮਰਨ ਦਾ ਤਾਂ ਪਰੇਸ਼ਾਨ ਹੋਣ ਦਾ ਸੋਚ ਨਹੀਂ ਸਕਦੇ ਬਾਈ। ਆਰਟਿਸਟ ਜਿਹੜੇ ਨੇ ਬਹੁਤ ਸੌਫਟ ਹੁੰਦੇ ਆ, ਇੱਕ ਬੂਸਟ ਚਾਹੀਦੀ ਹੁੰਦੀ ਹੈ, ਹਾਂ, ਬੂਸਟ, ਹਾਂ, ਇੱਕ ਸ਼ਾਬਾਸ਼ੀ, ਹਾਂ, ਦੈਟਸ ਇਟ। ਇੰਨਾ ਤਾਂ ਆਪਾਂ ਕਰ ਹੀ ਸਕਦੇ ਹਾਂ, ਹਾਂ, ਇੰਨਾ ਤਾਂ ਆਪਾਂ ਅਣਜਾਣ ਮਿਲ ਜਾਂਦਾ ਨਾ ਕਦੇ ਸਫ਼ਰ ਕਰਦੇ ਕੈਨੇਡਾ ਜਾ ਰਹੇ ਕੋਈ ਦੇ ਨਾਲ ਦਿਲ ਮਿਲ ਜਾਂਦਾ, ਉਹਦੇ ਨਾਲ ਆਪਾਂ ਯਾਰੀ ਪਾ ਲਈਦੀ ਆ, ਉਹਦੀ ਆਪਾਂ ਅਣਜਾਣੇ ਕਿਸੇ ਹੈਲਪ ਕਰ ਜਾਏਗੀ, ਜਿਹਦੇ ਨਾਲ ਤੁਸੀਂ ਇੱਕ ਕੋਲੀ 'ਚ ਖਾਧਾ ਸਾਲਾਂ ਦੇ ਸਾਲ ਸਪੈਂਡ ਕੀਤੇ ਨੇ, ਜਿਨ੍ਹਾਂ ਦੇ ਮਿਊਜ਼ਿਕ ਜਾਂ ਕਿਸੇ ਗਾਣਿਆਂ ਤੋਂ ਮਤਲਬ ਕਿ ਕਰੀਅਰ ਹੀ ਖੜ੍ਹੇ ਹੋ ਗਏ ਆ। ਇਟਸ ਅ ਬਿਗ ਡੀਲ ਵਨ ਫੋਨ ਕਾਲ। ਇੱਕ ਤਕਲੀਫ ਬਹੁਤ ਹੁੰਦੀ ਹੈ ਬ੍ਰੋ, ਜਦੋਂ ਤੇ ਆਪਾਂ ਉਸ ਫੇਸ 'ਚ ਹੁੰਦੇ ਹਾਂ ਉਦੋਂ ਪ੍ਰਿਓਰਟੀ ਹੁੰਦੀ ਕਿ ਫੋਨ ਆ ਜਾਓ, ਤੂੰ ਨਾ ਚੱਕੀ, ਮੈਂ ਚੱਕਣਾ। ਉਹ ਤੋਂ ਬਾਅਦ ਫੋਨ ਕਈ ਹੋਰ ਨੂੰ ਕਿਉਂ ਕਹਿ ਜਾਂਦੇ ਨੇ, ਜਿਹੜਾ ਤੁਹਾਡਾ ਦੋਸਤ ਆ ਉਹ ਫੋਨ ਤੀਆ ਬੰਦਾ ਚੱਕਦਾ, ਯਾਰ ਭਾਜੀ ਬਿਜ਼ੀ ਆ ਵੀਰੇ, ਬਾਅਦ ਕਰਦੇ ਆ ਭਾਜੀ, ਕਰਦੇ ਆ ਵਾਏ ਵਾਏ ਚੇਂਜ ਪ੍ਰਿਓਰਟੀ ਚੇਂਜ। ਜਦ ਹੋ ਨਾ ਐਵੇਂ ਕੋਈ ਫੈਨ ਥੁੱਕੀ ਜਾਂਦਾ ਫੋਨ, ਤੁਸੀਂ ਡਿਸਟਰਬ ਹੋ ਰਹੇ ਹੋ, ਜਿਹੜਾ ਬੰਦਾ ਕੰਮ ਕਰ ਰਿਹਾ ਉਹਨੇ ਕੰਮ ਦੀ ਗੱਲ ਕਰਨੀ ਹੈ ਤੁਹਾਡੇ ਨਾਲ। ਮੇਰੀ ਜੌਬ ਆ ਮੈਂ ਕਰਮ ਕਰਦੇ ਰਹਿਣਾ, ਮੈਂ ਹਾਰ ਨਹੀਂ ਮੰਨਣੀ, ਇਹ ਤਾਂ ਮੈਂ ਕਰ ਹੀ ਸਕਦਾ। ਉਮੀਦ ਹੈਗੀ ਹੁਣ ਕਿਸ ਤੋਂ? ਮੈਂ ਵੀਰੇ ਹੁਣ ਇੱਕ ਹੀ ਉਮੀਦ ਵਾਹਿਗੁਰੂ ਤੋਂ ਰੱਖਦਾ, ਮੈਂ ਅਰਕੇ ਨਾ ਕਿ ਵਾਹਿਗੁਰੂ ਹੈਲਥ ਚੰਗੀ ਰੱਖੀ, ਜਿਹੜੇ ਮੇਰੇ ਹੁਣ ਦੋਸਤ ਜੁੜੇ ਨੇ, ਹੇ ਵਾਹਿਗੁਰੂ ਕੋਈ ਇਹੋ ਜਿਹੀ ਮੇਰੇ ਤੋਂ ਹਰਕਤ ਨਾ ਹੋਵੇ ਕਿ ਉਹਨਾਂ ਦਾ ਦਿਲ ਦੁੱਖੇ ਜਿਹਨਾਂ ਜਿਹੜੇ ਸਮੇਂ ਉਹ ਮੇਰੇ ਨਾਲ ਖੜ੍ਹੇ ਨੇ, ਜਿਹੜੇ ਮੇਰੇ ਪੁਰਾਣੇ ਦੋਸਤ ਨੇ, ਹੈ ਨਾ। ਅਤੇ ਮੈਂ ਚਾਹੁੰਦਾ ਕਿ ਇੱਕ ਵਾਰੀ ਫਿਰ ਮੈਂ ਉਹਨਾਂ ਨਾਲ ਬੈਠਾਂ, ਪਾਰਟੀ ਕਰਾਂ, ਉਹ ਫਿਰ ਉਹ ਗੱਲਾਂ ਹੋਣ, ਉਹ ਉਹਨਾਂ ਨੂੰ ਚੰਗਾ ਲੱਗੇ ਕਿ ਮੈਂ ਫਿਰ ਕੰਮ ਕਰ ਰਿਹਾ। ਮੇਰੇ ਦਿਲ 'ਚ ਇਹ ਆ, ਮੈਂ ਸਾਰਿਆਂ ਨੂੰ ਪਿਆਰ ਕਰਦਾ, ਹੈ ਨਾ, ਮੈਨੂੰ ਬਹੁਤ ਪ੍ਰਾਊਡ ਹੁੰਦਾ ਕਿ ਉਹ ਬਹੁਤ ਅੱਗੇ ਨੇ, ਹੈ ਨਾ। ਅਤੇ ਮੈਂ ਉਹਨਾਂ ਤੋਂ ਕਈ ਕੁਛ ਸਿੱਖ ਰਿਹਾ, ਬਟ ਆਈ ਐਮ ਵਰਕਿੰਗ ਅਗੇਨ।
ਨਹੀਂ ਬਾਈ, ਮੈਨੂੰ 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 ਸੱਚੀ 'ਚ ਮੇਰਾ ਬਹੁਤ ਦਿਲ ਸੀਗਾ, ਮੈਂ ਕਿਹਾ ਵੀ ਬਾਈ ਦੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰੀਏ, ਕਿਉਂਕਿ ਨਾ ਇਹ ਇਹ ਗੱਲਬਾਤ ਹੋਣੀ ਜ਼ਰੂਰੀ ਸੀਗੀ, ਕਿਉਂਕਿ ਨਾ ਦਿਲ 'ਚ ਨਾ ਕੁਛ ਤੁਹਾਡੇ ਅੰਦਰ ਨਾ ਦਰਦ ਲੁਕੇ ਹੁੰਦੇ ਆ ਬਾਈ, ਜਦੋਂ ਤੋਂ ਕੱਢੋ ਨਾ ਤੁਹਾਨੂੰ ਪਰੇਸ਼ਾਨ ਕਰਦੇ ਆ, ਤਾਂ ਹੁਣ ਤੁਸੀਂ ਕੱਢਦੇ ਨਾ, ਹੁਣ ਮੈਨੂੰ ਐਂ ਲੱਗਦਾ ਕਿ ਭਿੰਦਾ ਮਿਹਨਤ ਕਰਦਾ ਰਹੇ ਦੁਬਾਰਾ ਤੇ ਗਾਣਿਆਂ ਦੇ ਭਿੰਦਾ ਹੋਇਲਾ ਹੋਣ ਲੱਗ ਜਾਣੀ ਆ, ਜ਼ਰੂਰ ਹੋਊਗੀ, ਹੈਨਾ। ਵਾਹਿਗੁਰੂ ਮਿਹਰ ਕਰੇ, ਇਹ ਤੁਹਾਡੀ ਫਿਲਮ ਲਈ ਬਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ, ਮਾਲਕ ਸੁੱਖ ਰੱਖੇ ਕਿ ਜਿਹੜਾ ਇਨਸਾਨ ਮਿਊਜ਼ਿਕ ਡਾਇਰੈਕਟਰ ਤੋਂ ਸਿੰਗਰ ਬਣਦਾ, ਸਿੰਗਰ ਤੋਂ ਬਾਅਦ ਫਿਰ ਉਹ ਐਕਟਰ ਬਣਦਾ, ਇਹ ਜਰਨੀ ਬੜੀ ਕਮਾਲ ਹੁੰਦੀ ਹੈ ਬਾਈ, ਸਹੀ ਗੱਲ ਹੈ, ਬੜੀਆਂ ਦਿੱਕਤਾਂ ਉਹਨੇ ਦੇਖੀਆਂ ਹੁੰਦੀਆਂ, ਬੜੀ ਮੁਸ਼ਕਲਾਂ ਸਾਹਮਣੇ ਕੀਤਾ ਹੁੰਦਾ, ਬਹੁਤ ਮਿਹਨਤ ਨਾਲ ਬਣਾਈ ਇਹ, ਅਗਰ ਮੈਂ ਕਰਨਾ ਚਾਹੁੰਦਾ ਮੈਂ ਕਮਰਸ਼ੀਅਲ ਮੂਵੀ ਕਰ ਸਕਦਾ ਸੀ, ਹੈਨਾ। ਸੋ ਮੈਨੂੰ ਸੀਗਾ ਕਿ ਜਿੱਥੋਂ ਮੈਨੂੰ ਪਿਆਰ ਮਿਲਿਆ ਕਿ ਮੋਟੀਵੇਸ਼ਨ ਮੂਵੀ ਐਕਟ ਤੇ, ਅਤੇ ਤੁਸੀਂ ਟ੍ਰੇਲਰ ਦੇਖੋਗੇ ਤੁਹਾਨੂੰ ਚੰਗਾ ਲੱਗੂਗਾ, ਹੈ ਨਾ, ਉਹ ਮੇਰੇ ਕੋਲ ਕਮਰਸ਼ੀਅਲ ਲਾਈਜ਼ ਵਾਲੀ ਹੈ ਨਹੀਂ। ਐਂਡ ਤੁਹਾਡੇ ਸਾਰਿਆਂ ਦਾ ਬਹੁਤ ਥੈਂਕ ਯੂ ਯਾਰ, ਮੋਸਟ ਪ੍ਰੋਬਬਲੀ ਹਰ ਇੱਕ ਚੈਨਲ ਵਾਲੇ ਕਮਰਸ਼ੀਅਲਾਈਜ਼ ਨੂੰ ਕਰਦੇ ਰਹੇ, ਐਂਡ ਤੁਸੀਂ ਅੱਜ ਵੀ ਪਿਆਰ ਕਰਦੇ ਹੋ ਯਾਰ, ਅੱਜ ਵੀ ਮੇਰੇ ਨਾਲ ਨਹੀਂ ਨਹੀਂ ਮੈਂ ਫਿਲਮਾਂ ਦੀਆਂ ਗੱਲਾਂ ਕਰੀ ਜਾ ਰਿਹਾ, ਈਵਨ ਯੂ ਗਾਇਜ਼ ਲਵਸ ਮੀ। ਹਾਂ ਨਹੀਂ ਬਾਈ, ਮੈਨੂੰ ਐਂ ਲੱਗਦਾ ਕਿ ਅਸੀਂ ਤਾਂ ਸਾਰਿਆਂ ਨਾਲ ਬਹਿਣਾ ਉੱਠਣਾ ਆ, ਤੁਹਾਡੇ ਨਾਲ ਵੀ ਬਹਿਣਾ, ਹੋਰਾਂ ਨਾਲ ਵੀ ਬਹਿਣਾ, ਹਾਂਜੀ, ਪਰ ਬਾਈ ਅਸੀਂ ਤਾਂ ਕੋਸ਼ਿਸ਼ ਇਹੀ ਕਰਦੇ ਵੀ ਚਲੋ ਗੱਲਬਾਤ ਭਾਵੇਂ ਤੁਸੀਂ ਤੁਹਾਡਾ ਜੇ ਡਾਇਰੈਕਟ ਫੋਨ ਨਹੀਂ ਚੱਕ ਰਹੇ ਤਾਂ ਅਸੀਂ ਆਪਣੇ ਮੂੰਹ ਕਹਿ ਸਕੀਏ ਕਿ ਬਈ ਯਾਰ ਹੋਣਾ ਚਾਹੀਦਾ, ਕਿਉਂਕਿ ਇਹ ਯੂਨਿਟੀ ਆ ਬਾਈ ਸਭ ਤੋਂ ਵੱਡੀ ਗੱਲ, ਜੇ ਤੁਸੀਂ ਚੰਗਾ ਕੰਮ ਆਉਣਾ ਪ੍ਰੂਫ ਕਰ ਚੁੱਕੇ ਹੋ ਲੜੀ, ਨਾਲੇ ਨੈਵਰ ਨੂੰ ਬ੍ਰਦਰ, ਇਸ ਦੇਖੋ ਪਹਿਲੇ ਫਿਲਮਾਂ ਬਣਦੇ ਹੀਰੋਇਜ਼ਮ ਵਾਲੀ, ਹੁਣ ਕਰੈਕਟਰਾਈਜ਼ ਆ, ਮੇਰੇ ਕੰਟੈਂਟ ਕਰੈਕਟਰ ਵਾਲੇ ਆ, ਮੇਰੀ ਫਿਲਮ ਸਾਰੇ ਹੀਰੋ ਆ, ਕੱਲ ਨੂੰ ਕੋਈ ਥਰਡ ਬੰਦਾ ਬੰਬੇ ਤੋਂ, ਕੋਈ ਡਾਇਰੈਕਟਰ ਵਟਐਵਰ, ਉਹਨੇ ਸਾਈਨ ਕਰ ਲਏ ਪੰਜਾਬ ਦੇ ਦੋ ਆਰਟਿਸਟ, ਉਹਨਾਂ ਨੂੰ ਪਤਾ ਮੈਨੂੰ ਵੀ ਸਾਈਨ ਕਰ ਲਿਆ, ਮੈਂ 4-10 ਸੀਨ ਕਰ ਚੁੱਕਾ, ਫਿਰ ਸਡਨਲੀ ਮਿਲੇ ਇੱਕ ਸੀਨ ਇਕੱਠਿਆਂ ਨੇ ਕਰਨਾ, ਅੱਖਾਂ ਚੱਖਾਂ ਨਹੀਂ ਪੈਣੀਆਂ, ਯਾਰ ਇਹ ਤਾਂ ਉਹੀ ਜੋ ਕੋਲੇਜ ਇਕੱਠੇ ਰੋਟੀ ਖਾਂਦੇ ਜਿਹੜਾ ਫੋਨ ਨਹੀਂ ਚੱਕਦਾ, ਉਦੋਂ ਹੋਣਾ ਕੁਛ ਨਹੀਂ, ਉਹ ਮੈਂ ਜਵਾਬ ਤਾਂ ਕੀ ਥੋੜ੍ਹੀ ਚੱਲ, ਇੱਕ ਦਿਨ ਨੂੰ ਸ਼ਰਮਿੰਦਾ ਹੋਣਾ ਪੈਣਾ, ਭਾਵੇਂ ਮੈਂ ਹੋਵਾਂ ਕੋਈ ਹੋਵੇ। ਨਹੀਂ ਬਾਈ, ਵਾਹਿਗੁਰੂ ਸੁੱਖ ਰੱਖੇ, ਪਰ ਚੜ੍ਹਦੀ ਕਲਾ 'ਚ ਰਹਿਣ ਸਾਰੇ। ਨਹੀਂ ਬਾਈ, ਚੜ੍ਹਦੀ ਕਲਾ 'ਚ ਸਾਰੇ ਰਹਿਣ, ਤੁਸੀਂ ਵੀ ਰਹੋ ਬਾਈ, ਆਈ ਹੋਪ ਕਿ ਤੁਹਾਡੀ ਇਹ ਜਰਨੀ ਬੜੀ ਕਮਾਲ ਹੋਈ ਆ, ਕਿਉਂਕਿ ਤੁਸੀਂ ਕੁਝ ਸਿੱਖਿਆ ਹੀ ਆ ਜ਼ਿੰਦਗੀ 'ਚ, ਕੁਛ ਅੜਚਣਾ ਤੋਂ ਬੰਦਾ ਸਿੱਖਦਾ, ਅਤੇ ਉਮੀਦ ਆ ਬਾਈ ਕਿ ਘੈਂਟ ਘੈਂਟ ਕੰਮ ਕਰਦੇ ਰਹੋਗੇ ਤੇ ਸੁਣਦੇ ਰਹੋਗੇ। ਥੈਂਕ ਯੂ ਸੋ ਮਚ, ਦੁਬਾਰਾ ਹੁਣ ਗਾਣੇ ਲਿਆਓ ਹੋਰ ਘੈਂਟ, ਅਗਲੀ ਹੁਣ ਆਪਾਂ ਇੰਟਰਵਿਊ ਕਰਾਂਗੇ ਜਦੋਂ ਤੁਸੀਂ ਕਹੋਗੇ ਭਾਜੀ ਉਹ ਗਾਣਾ ਹਿੱਟ ਹੋ ਗਿਆ। ਹਾਂ, ਇਹ ਨਾ ਹੋਵੇ ਕਿਤੇ ਕਿ ਫਿਲਮਾਂ 'ਚ ਵੜ ਜਾਓ, ਤੁਸੀਂ ਕਹਿ ਦਿਓ ਵੀ ਗਾਣੇ ਨੂੰ ਛੱਡ ਦੇ, ਫਿਲਮਾਂ ਵੀ ਹੋਣਗੀਆਂ, ਗਾਣੇ ਵੀ ਹੋਣਗੇ, ਮੇਰਾ ਵਾਅਦਾ ਹੈ ਤੁਹਾਡੇ ਚੈਨਲ ਸਾਹਮਣੇ, ਅਸੀਂ ਵੀ ਤੁਹਾਡੇ ਕੋਲ ਵਾਰ ਵਾਰ ਆਉਂਦੇ ਰਹਾਂਗੇ। ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ।